ਲੈ ਦੇ ਕੱਪੜੇ ਵੀ ਆ ਪਏ ਨੇ ਸਾਰੇ, ਤੈਹਾਂ ਲਾਉਣ ਵਾਲੇ ਪਏ ਨੇ, ਕੀ ਕਰਾਂ। ਇੱਕ ਤਾਂ ਉੱਧਰ ਟੈਨਸ਼ਨ ਰਹਿੰਦੀ ਨਾ, ਫੋਨ ਚੱਕੇ, ਬੰਦਾ ਫੋਨ ਤਾਂ ਚੱਕ ਲਏ ਵੀ ਅੱਧੀ ਟੈਨਸ਼ਨ ਦੂਰ ਹੋ ਜੇ। ਚੱਲ ਜਮਾਂ ਵੀ ਸੋਚ ਵੀ ਕਰਨੀ ਹੈਗੀ ਘਰ ਦੀ, ਜੇ ਕਹਿੰਦੇ ਆ ਫਿਰ ਬੋਲਦਾ ਮੂੰਹ ਬਣਾਉਣ ਤੇ। ਲਾਤੀਆਂ ਤੈਹਾਂ? ਹਾਂਜੀ ਲਾਤੀਆਂ ਤੈਹਾਂ ਮੈਂ ਤਾਂ ਨਾ। ਮੈਂ ਜਦੋਂ ਫੋਨ ਕਰਦੇ ਤੁਸੀਂ ਫੋਨ ਹੀ ਨਹੀਂ ਚੱਕਦੇ, ਕੀ ਗੱਲ? ਕਿੰਨੇ ਦਿਨ ਹੋ ਗਏ ਤੁਹਾਨੂੰ ਗਿਆ ਨੂੰ? ਉਹ ਫੋਨ ਹੁਣ ਚੱਕਿਆ ਤਾਂ ਹੈਗਾ, ਜਦੋਂ ਕੋਈ ਕੰਮ ਦੀ ਗੱਲ ਹੁੰਦੀ ਆ ਚੱਕ ਲੈਣਾ, ਐਵੇਂ ਵਾਰੀ ਵਾਰੀ ਦਿਮਾਗ ਖਰਾਬ ਕਰਨਾ, ਫੋਨ ਚੱਕਣ ਦੀ ਰਹਾਂ ਕਿ ਮੈਂ ਜਿਹੜੇ ਕੰਮ ਗਿਆ ਉਹ ਕਰਾਂ? ਅੱਛਾ ਸਾਡਾ ਤੂੰ ਹੀ ਦਿਮਾਗ ਖਰਾਬ ਹੈਗਾ, ਬਿਨ ਮਤਲਬ ਤੋਂ ਫੋਨ ਨਹੀਂ ਲਾਉਂਦੀ ਸੀ, ਕੰਮ ਸੀਗਾ ਤਾਂ ਲਾਉਂਦੀ ਸੀ ਮੈਂ ਫੋਨ। ਪਤਾ ਹੀ ਆ ਮੈਨੂੰ ਕੰਮਾਂ ਦਾ ਦਦਰਾ। ਆਹੋ ਫਿਰ ਜਿੱਥੇ ਵਗ ਜਾਣੇ ਉੱਥੋਂ ਦੀ ਹੋ ਕੇ ਬਹਿ ਜਾਣੇ ਹੋ, ਘਰ ਦੀ ਕਿਹੜਾ ਸੋਚ ਆ ਤੁਹਾਨੂੰ, ਪਿੱਛੇ ਕਿਹੜਾ ਕੋਈ ਹੈਗਾ? ਗੱਲਾਂ ਦੇਖ, ਉਹ ਕੁੜੀ ਜੀ ਕਿੱਧਰ ਗਈ? ਆਉਰੀ ਗਈ ਹੋਈ ਹੈਗੀ ਅੱਜ ਸਹੇਲੀ ਵੱਲ ਨਾ। ਸੁਣ ਸੋਚ ਵੀ ਕਰਨੀ ਹੈਗੀ, ਕੁੜੀ ਮੰਗ ਰੱਖੀ ਆ ਕੱਲ ਨੂੰ ਨਿੱਕੀ ਹੋ ਜੇ, ਫਿਰ ਆਪਾਂ ਜਲਦੀ ਉਹਦਾ ਵਿਆਹ ਦੇ ਦਈਏ ਕੋਈ ਸਲਾਹ ਮਸਲਾ ਕਰਕੇ। ਉਹ ਮੈਨੂੰ ਫਿਕਰ ਹੈਗਾ ਕੁੜੀ ਦਾ, ਐ ਨਹੀਂ ਕੁਛ ਹੁੰਦਾ ਗਾ, ਮੈਂ ਕੋਈ ਕੰਮ ਗਿਆ ਸੀਗਾ, ਕੋਈ ਵਿਹਲਾ ਨਹੀਂ ਤੁਰਿਆ ਫਿਰਦਾ ਮੈਂ, ਤੇਰੇ ਫੋਨ ਸੁਣਨ ਦੀ ਰਮਾ ਪਹਿਲੇ ਹੀ ਲੱਗ ਜਾਂਦੀ ਆ, ਚਾਵਰ ਚਾਵਰ ਕਰਨਾ, ਇਹਦਾ ਪੁੱਛਣਾ ਨਹੀਂ ਵੀ ਜਿਹੜੇ ਕੰਮ ਗਿਆ ਸੀ ਹੋ ਗਿਆ ਕਿ ਨਹੀਂ ਹੋਇਆ। ਇੱਕ ਮਿੰਟ ਜੇ ਤੁਸੀਂ ਫੋਨ ਚੱਕ ਲਓ ਤਾਂ ਸਾਰਾ ਕੁਛ ਹੀ ਪੁੱਛਾਂ, ਹੁਣ ਕੰਮ ਹੋਇਆ ਕਿ ਨਹੀਂ ਹੋਇਆ ਲੈ ਹੁਣ ਪੁੱਛ ਲੈਣੀ ਹੈ। ਉਹ ਯਾਰ 15-15 ਫੋਨ ਹੁੰਦੇ ਨੇ ਦਿਨ ਚ, ਇੱਕ ਹੁੰਦਾ, ਦੋ ਹੁੰਦਾ, ਵੱਧ ਤੋਂ ਵੱਧ 3 ਵਾਰੀ ਪੁੱਛ ਲੈਂਦਾ ਬੰਦਾ। ਮੈਨੂੰ ਕੰਮ ਸੀ, ਮੈਂ ਤਾਂ ਲਾਇਆ ਸੀ ਫੋਨ, ਨਹੀਂ ਮੇਰੇ ਕੀ ਮੱਤ ਮਾਰੀ ਹੋਈ, ਮੈਂ ਤੁਹਾਨੂੰ ਫੋਨ ਲਾਉਂਗੀ ਵਾਰ ਵਾਰ। ਆਉਂਦੇ ਨੇ ਤਾਂ ਦਿਮਾਗ ਖਰਾਬ ਕਰਤਾ, ਨਾ ਚਾਹ ਨਾ ਪਾਣੀ। ਚਾਹ ਪਾਣੀ ਤਾਂ ਮੈਂ ਪੁੱਛਣ ਲੱਗੀ, ਤੁਸੀਂ ਤਾਂ ਖਾਣ ਵਾਲੇ ਵਾਂਗੂ ਪੈਨੇ ਹੋਗੇ, ਤੇ ਨਾ ਹੁਣ ਐਂ ਦੱਸੋ ਰੋਟੀ ਲਿਆਵਾਂ, ਨਹੀਂ ਮੈਂ ਭੋਗ ਤੇ ਜਾਣਾ ਹੈਗਾ। ਕਿਹਦੇ ਭੋਗ ਤੇ ਜਾਣਾ ਹੁਣ ਤੂੰ? ਆ ਤਾਈ ਕੇ। ਚੱਲ ਵਗ ਜਾ, ਮੈਂ ਤਾਂ ਆਪੇ ਪਾ ਕੇ ਖਾ ਲੂੰਗਾ। ਆਹੋ ਮਿੱਠਤਨਾ ਤਾਂ ਬੋਲਣਾ ਨਹੀਂ ਆਉਂਦਾ ਹੈਗਾ, ਆਕੜ ਹੈ ਜਿੰਨੀ ਮਰਜ਼ੀ ਕਰਵਾ ਲਓ। ਮਿੱਠਤਨਾ ਤਾਂ ਜਿਵੇਂ ਬੋਲੇਂਗੀ ਉਵੇਂ ਗਾਹਾਂ ਬੋਲਦਾ ਅਗਲਾ, ਗੱਲਾਂ ਕਰਦੀ ਹੈ। ਇੱਕ ਉਂ ਦਿਮਾਗ ਖਰਾਬ ਹੋ ਗਿਆ, ਜਿਹੜੇ ਕੰਮ ਗਏ ਸੀ ਉਹ ਨਹੀਂ ਹੋ ਰਿਹਾ, ਦੂਜਾ ਸਾਲਾ ਸਰਪੰਚੀ ਦਾ ਪੰਗਾ ਪਿਆ ਪਿਆ, ਉਧਰੋਂ ਕੁੜੀ ਜੀ ਨੇ ਦਿਮਾਗ ਖਰਾਬ ਕਰਤਾ, ਮਰੀ ਜਾਂਦੀ ਪਹਿਲੇ ਤੂੰ ਇੱਥੇ ਮੇਰੇ ਬਰਾਬਰ ਖੜੀ ਹੋਊਗੀ, ਸਰਪੰਚੀ ਤਾਂ ਨਹੀਂ ਹੁਣ ਮੈਨੂੰ ਲੱਗਦਾ ਮਿਲਦੀ ਆਪਾਂ ਨੂੰ, ਉਧਰੋਂ ਵੀ ਜਵਾਬ ਮਿਲ ਗਿਆ ਹੈ ਨਾ। ਚੱਲ ਮਨਾ ਦੇਖਦੇ ਹਾਂ ਕੀ ਬਣਦਾ, ਕੁਛ ਨਾ ਕੁਛ ਤਾਂ ਕਰਨਾ ਪਊਗਾ। ਹੋਰ ਤਾਂ ਸਾਰੇ ਕੰਮ ਹੋ ਗਏ, ਆ ਨਾ ਭਾਂਡੇ ਜੇ ਨਹੀਂ ਹੁਣ ਤਾਂ ਚਾਰ ਕਾ ਕੇ ਧੋਊਂਗੇ ਨਾ, ਇੱਥੇ ਧਰ ਕਿਤੇ ਭੋਗ ਵੀ ਨਾ ਪੈ ਜੇ, ਫਿਰ ਜਾਈ ਗਏ ਹਜੇ ਗਈ ਹਜੇ ਨਾ ਗਏ, ਹੁਣ ਤਾਂ ਆ ਕੇ ਧੋਊਂਗੀ ਦੇਖੀ ਜਾਊ ਬਸ। ਚੱਲ ਇਹ ਵੀ ਢੱਕ ਗਈ, ਕੁਛ ਰਿਹਾ ਤਾਂ ਨਹੀਂ ਹੁਣ ਕੰਮ ਸਾਰੇ। ਚਾਚੀ ਇਹ ਕਿੱਥੋਂ ਆ ਗਈ ਹੁਣ? ਲੱਸੀ ਹੈਗੀ ਹੈਗੀ? ਹਾਂ ਲੱਸੀ ਤਾਂ ਹੈਗੀ ਹੈਗੀ, ਉਹ ਮੈਂ ਤੇਰੀ ਕਾ ਲੱਸੀ ਤੂੰ ਬੇਚ ਕੱਢ ਕੇ ਰੱਖਤੀ ਸੀਗੀ, ਤੇ ਫਿਰ ਪਾ ਦੇ ਲੱਸੀ ਲੈ ਫਿਰ ਸੇਤੀ ਕਰ, ਮੈਂ ਨਾ ਭੋਗ ਤੇ ਜਾਣਾ ਹੈਗਾ। ਲੈ ਹਾਂ ਜੇ ਕੋ ਕਰਦੀ ਹੁੰਨੀ ਆ ਚਾਚੀ ਕਿ ਸੇਤੀ ਕਰ ਲੈ, ਦੱਸ ਭੋਗ ਤੇ ਜਾਣਾਗਾ, ਤੂੰ ਕਿਹੜਾ ਵਿਆਹ ਤੇ ਚੱਲੀ ਆ ਵੀ ਬਰਾਤ ਟੱਪਣ ਚੱਲੀ ਆ। ਲੈ ਦੱਸ ਜੇ ਭੋਗ ਪੈ ਗਿਆ ਫਿਰ ਦੱਸ ਮੈਂ ਉੱਥੇ ਕੀ ਕਰਨੀ ਆ, ਨਾ ਅਗਲਾ ਕੋ ਖਾਣ ਦੀ ਮਾਰੀ ਆ ਗਈ, ਸਾਨੂੰ ਕੋ ਤੈਨੂੰ ਤਾਂ ਆਪਣੀ ਜਮਾਂ ਵੀ ਧੇਲੇ ਦੀ ਆਕਲ ਹੈਗੀ, ਜਾਨੀ ਤਾਂ ਹੁਣ ਤਾਂ ਸਰਪੰਚਣੀਆਂ ਤੂੰ ਜਲੇਬੀਆਂ ਖਾ, ਬੁੜੇ ਦਾ ਭੋਗ ਆ ਕਿਸੇ ਦਾ? ਹਾਂ ਅੱਛਾ ਚੱਲ ਖੜਗੂ ਹੀ ਰਹਿੰਦੀ ਆ, ਸੱਚ ਸਰਪੰਚ ਨਹੀਂ ਆਇਆ ਗਾ। ਅਬਾਲੇ ਤੂੰ ਮੰਤਰੇ ਜਨ ਲੈ ਫੜ ਡੋਲੂ ਦਾ ਟਕਾਂ ਲਾ ਲਾ, ਲੈ ਪਾਤੀ ਭਰ ਦਿਆ ਕਰ ਪੂਰੀ, ਕਿਉਂ ਵੀ ਬਾਜਾ ਕਰ ਥੋੜਾ ਮਾਖਣੀ ਮਾਖਣੀ, ਮੈਂ ਕਹਿੰਦਾ ਤੇਰੇ ਪੀਪੀ ਨੇ ਚਕਾ ਕੇ ਤੋਰਦਾ। ਲੈ ਚਾਚੀ ਤੂੰ ਤਾਂ ਐਂ ਕਰਨ ਲੱਗ ਜਾਨੀ ਹੈਗੀ, ਪਤਾ ਨਹੀਂ ਕਿਉਂ ਸੱਚੀ ਬਾੜੇ ਮਜ਼ਾਕ ਕਰਦੀ ਹੈਗੀ, ਨਾਲੇ ਮੈਂ ਤਾਂ ਐਂ ਪੁੱਛਦੀ ਸੀ ਸਰਪੰਚ ਆਇਆ ਨਹੀਂ ਹੈਗਾ ਹਜੇ। ਆ ਗਿਆ ਕਿਉਂ?
ਮੈਂ ਉਹਨੂੰ ਕਹਿਣਾ ਸੀ ਇੰਨੇ ਕੰਮ ਪਏ ਨੇ ਸਾਡੇ ਕਰਨ ਵਾਲੇ, ਨੌਜਵਾਨ ਤੁਰ ਜਾਂਦਾ ਗਾ ਉਹ ਮੁੜ ਕੇ ਘਰਾਂ ਚ ਭਾਲਦੇ ਫਿਰਦੇ ਰਹਿੰਦੇ ਆ। ਮੈਂ ਤਾਂ ਲੱਸੀ ਦੇ ਬਹਾਨੇ ਨਾਲ ਹੀ ਪੁੱਛ ਲੈਣੀ ਹੁੰਦੀ ਆ। ਕੀ ਲੱਗਦਾ ਤੇਰਾ ਕਿ ਮੌਜਵਾਨ ਤੁਰ ਜਾਂਦਾ ਕਿ ਕੋਈ ਤਾਇਆ ਚਾਚਾ ਕੋਈ ਬਾਈ ਭਾਈ? ਪਿੰਡ ਦੇ ਸਰਪੰਚ ਨੂੰ ਜ਼ਿਆਦਾਤਰ ਸਰਪੰਚ ਹੀ ਕਹਿੰਦੀਆਂ ਹੁੰਦੀਆਂ ਨੇ, ਸਿੱਧਾ ਹੀ ਬੁਲਾਉਂਦੀਆਂ ਹੁੰਦੀਆਂ। ਕੁੜੀਆਂ ਨਹੀਂ ਕਹਿੰਦੀਆਂ ਹੁੰਦੀਆਂ। ਮੈਂ ਤਾਂ ਤੈਨੂੰ ਪਤਾ ਏਡੀ ਉਮਰ ਹੋਈ ਪਈ ਆ, ਸੁੱਖ ਨਾਲ ਮੇਰੀ ਹੁਣ ਵਿਆਹੁਣ ਵਾਲੀ, ਮੈਂ ਵਿਆਹ ਕਰਾਇਆ ਨੀ। ਮੈਂ ਤਾਂ ਸਾਰਿਆਂ ਨੂੰ ਆਈ ਬੁਲਾਉਂਦੀ, ਮੈਂ ਤਾਂ ਸਰਪੰਚ ਕਹਿੰਦੀ ਹੁੰਦੀ ਆ। ਨਾਲੇ ਤੈਨੂੰ ਪਤਾ ਪਿੰਡ ਦੀ ਹੁਣ ਧੀ ਭੈਣ ਆ ਗਈ, ਮੈਨੂੰ ਅਗਲਾ ਕੌਣ ਗਲਤ ਕਹਿੰਦਾ ਗਾ। ਆਹੋ ਆਹੋ, ਕੀ ਕਰਵਾਉਣਾ ਦੱਸ ਦੇ, ਕਹਿ ਦੂੰਗੀ। ਉਹ ਥੱਕਿਆ ਹੋਇਆ ਗਾ, ਸਾਡੇ ਬਾਰ ਮੂਹਰੇ ਐਡਾ ਟੋਆ ਪੈ ਲਿਆ, ਥੱਕਿਆ ਹੋਇਆ। ਉਹਨੇ ਤਾਂ ਨੀ ਮਿਸਤਰੀ ਲਾਉਣਾ ਗਾ ਉੱਥੇ, ਵੀ ਆਪ ਉਹ ਇੱਟਾਂ ਲਾਊਗਾ ਉੱਥੇ ਲੋਕ ਇੱਟਾਂ। ਉਹਨੇ ਤਾਂ ਕਹਿ ਕੀ ਕਰਾਉਣਾ ਕੰਮ, ਕੋਲੇ ਤਾਂ ਖੜੂ ਗਈ। ਮੈਂ ਤਾਂ ਗਲੀਆਂ ਦਾ ਕਹਿੰਦੀ ਸੀ ਸਾਡੇ ਬਾਰ ਮੂਹਰੇ ਇੰਨਾ ਪਾਣੀ ਖੜਦਾ, ਕਿੰਨੇ ਵਾਰੀ ਕਹਿਤਾ। ਫਿਰ ਕੋਈ ਨਾ ਕਰਵਾ ਲਾਂਗੇ ਹੁਣ, ਇੱਕੇ ਲਗਤ ਦਾ ਫਾਹਾ ਵੀ ਨੀ ਆਉਂਦਾ। ਤੂੰ ਤਾਂ ਕਹਿੰਦੀ ਆ ਵੀ ਅੱਜੇ ਸੂਲੀ ਚੜ ਜਾਣਾ। ਲੈ ਚਾਚੀ, ਸੂਲੀ ਵਾਲੀ ਕਿਹੜੀ ਗੱਲ ਆ ਗਈ, ਅੱਗੇ ਸੂਲੀ ਚੜ ਜਾਂਦੇ ਨੇ ਤੇ ਫਿਰ ਉਦੋਂ ਸਰਪੰਚ ਨੂੰ ਉਦੋਂ ਕਿਵੇਂ ਟਾਈਮ ਲੱਗਦਾ, ਜਦੋਂ ਗੱਡੀ ਤੇ ਨਾ ਕਰਕੇ ਸੈਲਫ ਸਟਾਰਟ, ਕਦੇ ਇੱਧਰ ਨੂੰ ਟੱਪ ਗਿਆ ਪੱਗਾਂ ਬੰਨ ਕੇ ਰੰਗ ਬਰੰਗੀਆਂ, ਕਦੇ ਇੱਧਰ ਨੂੰ ਟੱਪ ਗਿਆ, ਹੈਂ ਉਦੋਂ ਬੜਾ ਟਾਈਮ ਮਿਲਦਾ ਉਹਨੂੰ। ਨਹੀਂ ਮੈਨੂੰ ਲੱਗਦਾ ਤੂੰ ਐਂ ਮੋੜਾਂ ਤੇ ਖੜੀ ਰਹਿੰਦੀ ਆ ਦੇਖਣ ਨੂੰ, ਉਹ ਤਾਂ 100 ਕੰਮ ਧੰਦੇ ਜਾਂਦਾ। ਤੂੰ ਭਾਵੇਂ ਦੱਸ ਕੀ ਰਿਸ ਕਰੇਂਗੇ, ਦੱਸ ਮਹਾਰਾਜਾ ਪਟਿਆਲਾ ਗਾ ਵੀ ਉਹਨੂੰ ਮੈਂ ਮੋੜ ਤੇ ਖੜ ਕੇ ਦੇਖਦੀ ਹਾਂ, ਹੈਗਾ ਮੇਰਾ ਦੇਖਣ ਵਾਲਾ ਨੰਬਰਦਾਰ। ਨਾਲੇ ਹੁਣ ਨਹੀਂ ਬਾਲੀ ਨਾ ਬੱਕ ਬੱਕ ਕਰਿਆ ਕਰ, ਤੂੰ ਲੰਬਰਦਾਰ ਲੰਬਰਦਾਰ ਨਾ ਉਹਦੇ ਪਾਸੇ ਕਟਵਾਵੇਂਗੀ, ਨਾਲੇ ਤੂੰ ਆਪਦੇ ਕਟਵਾਵੇਂਗੀ। ਜਿੰਨਾ ਚਿਰ ਮੈਂ ਉਹਦੇ ਨਾਲ ਆ ਨਾ, ਪਾਸੇ ਉਹਦੇ ਕੁੱਟ ਨਹੀਂ ਸਕਦਾ, ਜੰਮਿਆ ਨਹੀਂ ਕੋਈ। ਹਾਂ ਜੇ ਤੇਰੇ ਚਾਚੇ ਨੇ ਸੁਣ ਲਿਆ, ਇੱਥੇ ਮੇਰੇ ਜ਼ਰੂਰ ਕਟਵਾ ਦੇਂਗੇ। ਸੁਣ ਲੈਣ ਤਾਂ ਫਿਰ, ਚਾਚੇ ਤੋਂ ਕਿ ਮੈਂ ਡਰਦੀ ਆਂਗੀ। ਆਹੋ ਲੈ ਤੂੰ ਲੱਸੀ ਪਾਣੀ ਪਾ ਜਾ ਕਰ, ਆ ਤੁਹਾਡੀ ਲੱਸੀ ਪਤਾ ਨਹੀਂ ਕਹੇ ਜਿੱਦਾਂ ਦੀ ਤੁਹਾਡੇ ਲੱਸੀ ਲਿਜਾਣ ਲੱਗੇ ਨਾ, ਮੇਰਾ ਤਾਂ ਰੰਗ ਹੋਰ ਕਾਲਾ ਹੋ ਗਿਆ ਸਿਆਪਾ ਜਾਣ ਨੂੰ। ਕੰਜਰ ਖਾਨਾ ਨਹੀਂ, ਫਿਰ ਇਹਨਾਂ ਲਵਲੀ ਲਾ ਲਿਆ ਕਰ, ਫਿਰ ਉਹਦੇ ਨਾਲ ਗੋਰੀ ਹੋ ਜਾਂਗੀ। ਜਾਂ ਉਹਨਾਂ ਦੇ ਲੰਬਰਦਾਰ ਰੰਗ ਲਿਆਇਆ ਕਰ। ਨਹੀਂ, ਲੰਬਰਦਾਰ ਨੇ ਤਾਂ ਮੈਨੂੰ ਲਿਆ ਕੇ ਦਿੱਤੀ ਸੀ, ਉਦੋਂ ਤਾਂ ਮੈਂ ਰੱਬ ਲਾਈ ਗੋਰੀ ਹੋ ਗਈ ਸੀ, ਹੁਣ ਉਹ ਥੋੜਾ ਜਿਹਾ ਗੁੱਸੇ ਹੋਇਆ ਪਿਆ, ਉਹਦੇ ਸਿੱਲ ਜੇ ਘਟੇ ਪਏ ਨੇ। ਐਂ ਕਹਿੰਦੇ ਨਾ, ਮੈਨੂੰ ਸੋਚ ਮਾਰ ਗਈ, ਹੁਣ ਫਿਕਰ ਕਰਦੀਆਂ ਤੂੰ ਉਹਦਾ ਤਾਂ ਕਾਲੀ ਹੋ ਰਹੀਆਂ ਉਹਦੇ ਸੋਚਾਂ ਚ। ਆਹੋ ਚੱਲ, ਮੈਂ ਤਾਂ ਉਹਦੀ ਸੋਚਦੀ ਆ, ਨਹੀਂ ਕੁਛ ਆ ਸੋਚ ਮਾਰਦੀ ਆ, ਜਿਹੜਾ ਸਾਡੇ ਬਾਰ ਮੂਹਰੇ ਟੋਭਾ ਬਣਿਆ ਪਿਆ ਗਾ, ਕੀ ਕਰੀਏ, ਆਥਣੇ ਮੱਛਰ ਐਡੇ ਐਡੇ ਦੰਦਗਾ ਵੜਦਾ ਸਾਡੇ। ਮੱਛਰਾਂ ਦੇ ਤੂੰ ਲੜ ਜਾਇਆ ਕਰ, ਕੁਛ ਮੇਰਾ ਤਾਂ ਖੂਨ ਪੀ ਰੱਖਿਆ ਭੈਣੇ ਮੱਛਰ ਨੇ, ਤਾਂ ਵੀ ਕਾਲੀ ਹੋਈ ਪਈ ਆ। ਚੱਲ ਮੈਂ ਤਾਂ ਜਾਣੀ ਹੈਗੀ ਫਿਰ, ਤੂੰ ਤਾਂ ਜਿੱਦੇ ਆਉਣੀ ਲੜਾਈ ਪਾ ਲੈਣੀ ਆ ਮੇਰੇ ਨਾਲ ਅੜ ਕੇ। ਓਹੋ ਚਾਚੀ, ਸੱਚ ਮੈਂ ਤਾਂ ਇੱਕ ਗੱਲ ਭੁੱਲ ਗਈ, ਕੀ ਹੋ ਗਿਆ ਮੁੰਡੇ ਆਈ, ਵੋਟਾਂ ਦਾ ਕੀ ਬਣਿਆ ਸੱਚ ਹੁਣ ਫਿਰ? ਨਹੀਂ ਵੋਟਾਂ ਤਾਂ ਤੈਂ ਕੀ ਲੈਣਾ, ਉਹ ਤਾਂ ਸਾਡੇ ਆਪਦੇ ਮਸਲੇ ਨੇ। ਸੁਣ, ਇੱਕ ਲੱਸੀ ਲੈ ਕੇ ਜਾਣੀ ਹੁੰਦੀ ਆ, ਬੰਦਿਆਂ ਵਾਂਗੂ ਲੈ ਜਾ ਕਰ, ਇੱਥੇ ਇੱਧਰ ਦੀਆਂ ਉਧਰ ਉਧਰ ਦੀਆਂ ਇੱਧਰ ਨਾ ਕਰਿਆ ਕਰ ਆ ਕੇ, ਮੈਨੂੰ ਪਤਾ ਮੈਂ ਸਾਰਾ ਕੁਝ ਸੁਣੀ ਜਾਂਦਾ ਇੱਥੇ ਖੜਾ। ਮੈਨੂੰ ਸਤਿ ਸ੍ਰੀ ਅਕਾਲ ਦਾ ਟਾਈਮ ਤਾਂ ਦੇਣ ਦਾ ਸਰਪੰਚ ਸਾਹਿਬ ਜੀ, ਪਹਿਲੀ ਲਾ ਕੇ ਬੋਲਣਾ ਕਿ ਉਧਰੋਂ ਲੱਸੀ ਲੈ ਕੇ ਆਉਣੀ ਆ, ਉਧਰ ਚਾਰ ਉਂਗਲਾਂ ਲਾ ਆਉਣੀ ਆ, ਇੱਧਰ ਆ ਕੇ ਲੱਗ ਜਾਂਦੀ ਆ। ਲੈ ਦੱਸ, ਮੈਨੂੰ ਉਂਗਲਾਂ ਲਾਉਣ ਦੀ ਕੀ ਲੋੜ ਹੈਗੀ? ਹੈ ਮੈਂ ਤਾਂ ਕਦੇ ਕੋਈ ਗੱਲ ਹੀ ਨਹੀਂ ਕਰੀ, ਮੈਂ ਤਾਂ ਕਦੇ ਐ ਵੀ ਨਹੀਂ ਦੱਸਿਆ। ਨਾ ਨਾ ਨਾ, ਤੈਨੂੰ ਦੱਸਿਆ ਕੁਛ? ਸਰਪੰਚ ਸਾਹਿਬ ਮੇਰੀ ਗੱਲ ਸੁਣ, ਮੈਂ ਕਦੇ ਕੋਈ ਗੱਲ ਕੀਤੀ ਤੁਹਾਡੀ? ਉਹਦੇ ਦੇਖ ਲੈ, ਤੂੰ ਬੁੜੀ ਜੀ ਨਾਲ ਜਾਈ ਜਾਂਦਾ ਸੀ, ਕੌਣ ਸੀ ਸੋਹਣੀ ਜੀ ਜਿਹੜੀ ਗੱਡੀ 'ਚ ਬੈਠੀ ਸੀਗੀ? ਮੈਂ ਤਾਂ ਉਹੀ ਨਹੀਂ ਕਦੇ ਦੱਸਿਆ। ਹਾਂ ਆਪਾਂ ਨੂੰ ਲੜਾ ਦੂ ਹੁਣ, ਉਹ ਮੈਂ ਤੇਰੇ ਵਰਗਾ ਨਹੀਂ ਹੈਗਾ ਵੀ 15 ਨੂੰ ਮੰਗਰ ਲਾਈ ਫਿਰਦਾ ਕਿ ਤੈਨੂੰ 15 ਨਹੀਂ ਕੋਈ ਹੈ। ਉਹ ਜਾ ਬਈ ਵਗ ਜਾ ਤੂੰ ਨੰਬਰਦਾਰ, ਤੇ ਹੋਰ ਪੰਗਾ ਛੜੇਗੀ ਆਪੇ। ਅਸੀਂ ਸੱਟ ਵੱਟ ਕੇ ਉਹ ਦਿਓ ਕਹਿੰਦੀ ਸੀਸਾ ਬੰਦ ਕਰ ਦੇ, ਹੋਰ ਹਵਾ ਬਾਹਰ ਨਿਕਲਦੀ ਏ ਏਸੀ ਦੇ ਚ ਜਾਨੀ ਆ। ਮੈਂ ਤਾਂ ਮੈਨੂੰ ਲੱਗਦਾ ਸੱਚੀ ਗੱਲ ਕਹਿੰਦੀ ਇਹ। ਹੁਣ ਇੱਧਰ ਨੂੰ ਕਿੱਧਰ ਜਾਣਾ ਹੈਗਾ? ਮੈਂ ਤਾਂ ਹੁਣ ਦੇਖੀ ਉਹ ਭੋਗ ਤੇ ਵੀ ਨਹੀਂ ਜਾਂਦੇ, ਹੁਣ ਤੈਨੂੰ ਇੱਕ ਪਾਸਾ ਕਰੂੰਗੀ, ਹਟ ਜਾ ਮੈਨੂੰ ਮਾੜਾ ਜਿਹਾ ਉਧਰੋਂ। ਲਾਗੀ ਮੰਗਰ ਲਾਗੀ, ਉਹ ਤਾਂ ਆਪਦੀ ਰਾਮ ਕਹਾਣੀ ਸੁਣਾਈ ਜਾਂਦੀ ਸੀ, ਮੈਂ ਸੁਣੀ ਜਾਂਦਾ ਸੀਗਾ, ਹੁਣ ਮੈਂ ਭੜਕ ਕੇ ਪੈ ਗਿਆ ਤਾਂ ਇੱਥੇ ਉਂਗਲ ਲਾ ਕੇ ਤੁਰ ਗਈ। ਕਿਹੜਾ ਮੇਰੇ ਉਂਗਲ ਕਿਹੜੀ? ਉਹ ਸੱਚੀ ਗੱਲ ਕਹਿੰਦੀ ਆ, ਮੈਨੂੰ ਪਤਾ ਝੂਠ ਨਹੀਂ ਬੋਲਦੀ ਹੈਗੀ। ਕਹਿੰਦੀ ਤਾਂ ਕਹਿੰਦੀ ਸਹੀ ਭਰਾ, ਲਹੂ ਵੀ ਛੱਡਿਆ ਦਾ ਕਰ ਰਿਹਾ ਇਹਦਾ ਕੋਈ ਮੁੰਡਾ ਤੇਰੇ ਤੋਂ। ਗਰਮੀ ਬਹੁਤ ਆ, ਗਰਮੀ ਤਾਂ ਬਹੁਤ ਆ। ਲੈ ਲਿਆ ਗਰਮੀ ਅੱਜ ਤਾਂ ਨਾ।
ਅਜਾ ਮੀਂਹ ਪੈਣ ਵਾਲੇ ਫਿਰ ਵੀ ਇੰਨੀ ਗਰਮੀ ਦੇ ਸਮਝ ਨਹੀਂ ਆਉਂਦੀ। ਹੁਣ ਕਹਿੰਦੇ ਮੀਂਹ ਪੈ ਜੂ ਠੰਡ ਹੋ ਜੂ, ਕਾਹਦੀ ਠੰਡ ਹੁੰਦੀ ਅੱਜ ਕੱਲ੍ਹ, ਹੋਰ ਓਨੀ ਗਰਮੀ ਫਿਰ ਪੈਣ ਲੱਗ ਜਾਂਦੀ ਹੈ। ਕੀ ਦੇਖੀ ਜਾਂਦੇ ਮੇਰੇ ਮੰਨੀ? ਮੈਂ ਤੈਨੂੰ ਦੇਖੀ ਜਾਂਦਾ, ਤੈਨੂੰ ਕੀ ਹੋਇਆ ਪਿਆ? ਤੇਰਾ ਚਿਹਰਾ ਦੱਸਦਾ ਹੁੰਦਾ ਰਹਿੰਦਾ ਹੁੰਦਾ ਗਾ, ਕੋਈ ਨਾ ਕੋਈ ਗੱਲ ਆ ਦਿਮਾਗ 'ਚ ਪੱਕਾ, ਤੂੰ ਦੱਸਦੀ ਨਹੀਂ ਮੈਨੂੰ। ਜੇ ਕੋਈ ਗੱਲ ਆ ਮੈਨੂੰ ਦੱਸ, ਉਹਦਾ ਕੋਈ ਹੱਲ ਵੀ ਹੋ ਜੂਗਾ। ਜੇ ਚੁੱਪ ਕਰਕੇ ਅੰਦਰੋਂ ਅੰਦਰ ਸੋਚੀ ਜਾਏਗੀ ਫਿਰ ਉਹਦਾ ਕੀ ਫਾਇਦਾ? ਉਹ ਗੱਲ ਤਾਂ ਹੀ ਹੈ ਜੀ, ਬਸ ਮੈਨੂੰ ਤਾਂ ਆਪਣੀ ਜਿੱਤਾਂ ਦੀ ਫਿਕਰ ਰਹਿੰਦੀ ਹੈ। ਓਹੋ ਦੇ ਕਸ਼ਮੀਰੋ, ਤੂੰ ਨਾ ਟੈਨਸ਼ਨ ਲਿਆ ਕਰ ਜਿੱਤਾਂ ਦੀ, ਤੈਨੂੰ ਪਤਾ ਤਾਂ ਹੈਗਾ ਜਿੱਤਾਂ ਦਾ, ਪਰਮਾਤਮਾ ਤਾਂ ਛੱਡ ਦੇ, ਹੋਰ ਆਪਾਂ ਕੀ ਕਰਨ ਜੋਗਦੇ? ਕੀ ਟੈਨਸ਼ਨ ਜਿੱਤਾਂ ਦੀ ਤੂੰ ਮੈਨੂੰ ਦੱਸ, ਖੁੱਲ ਕੇ। ਟੈਨਸ਼ਨ ਤਾਂ ਇਹ ਹੈ ਜੀ ਵੀ ਮੇਰੀ ਧੀ ਨੇ ਕਿੱਡਾ ਮਨ ਸਮਝਾ ਲਿਆ ਵੀ ਫਿਰ ਵੀ ਕਿਤੇ ਨਾ ਕਿਤੇ ਅਮਰ ਨਾਲ ਉੱਧਰ ਰਿਸ਼ਤਾ ਹੋ ਗਿਆ। ਅੱਛਾ ਅੱਛਾ, ਉਹ ਉਸ ਗੱਲ ਦੀ ਟੈਨਸ਼ਨ ਹੈ। ਮੇਰੀ ਗੱਲ ਸੁਣ, ਪਰਮਾਤਮਾ ਤਾਂ ਛੱਡ ਦੇ, ਮੈਂ ਤੇਰੀ ਗੱਲ ਸਮਝਦਾ, ਚੱਲ ਆਪਣੀ ਧੀ ਸਮਝਦਾਰ ਆ, ਉਹਨੇ ਮਨ ਸਮਝਾ ਲਿਆ, ਪਰ ਕਿਤੇ ਨਾ ਕਿਤੇ ਤੂੰ ਮੈਨੂੰ ਪਤਾ ਆਹੀ ਕਹਿਣਾ ਚਾਹੁੰਦੀ ਆ ਵੀ ਉਹਦੇ ਅੰਦਰ ਕਿਤੇ ਨਾ ਕਿਤੇ ਭਾਵੇਂ ਉਹ ਤੁਰੀ ਫਿਰਦੀ ਆ, ਅੰਦਰ ਉਹਦੇ ਕੋਈ ਨਾ ਕੋਈ ਗੱਲ ਚੱਲਦੀ ਰਹਿੰਦੀ ਆ। ਆਪਾਂ ਆਪਾਂ ਨੂੰ ਬੋਲ ਕੇ ਨਹੀਂ ਸੁਣਾਉਂਦੀ, ਫਿਰ ਵੀ ਮਨ ਤੇ ਤਾਂ ਲੱਗਦੀ ਹੈ ਜੀ ਗੱਲ ਤੇ। ਮੈਂ ਤੇਰਾ ਸਹਿਮਤ ਆ, ਇਹ ਗੱਲ ਮੈਂ ਵੀ ਬਹੁਤ ਵਾਰੀ ਸੋਚੀ ਹੈ, ਤੂੰ ਐਂ ਨਾ ਕਹਿ ਵੀ ਮੇਰੇ ਆਉਂਦੀ ਮੈਂ ਵੀ ਉਹਦਾ ਪਿਆਵਾਂਗਾ, ਮੇਰੇ ਦਿਲ 'ਤੇ ਵੀ ਗੱਲ ਬੀਤਦੀ ਹੈ ਵੀ ਉਹਦੇ ਦਿਮਾਗ 'ਚ ਕੀ ਚੱਲੀ ਜਾਂਦਾ ਗਾ, ਅਤੇ ਪਰ ਇਸ ਟਾਈਮ ਤੁਹਾਨੂੰ ਦੱਸਾਂ ਗੱਲ, ਇਸ ਟਾਈਮ ਤਾਂ ਉਹਦੇ ਦਿਮਾਗ 'ਚ ਇੱਕ ਗੱਲ ਚੱਲੀ ਜਾਂਦੀ ਹੈ ਸਰਪੰਚੀ ਦੀ, ਕੀ ਹੈ ਪਰਮਾਤਮਾ ਵੀ ਸੁਣੂਗਾ ਵੀ ਉਹਦੀ, ਅਤੇ ਸਰਪੰਚੀ ਜਿੱਤ ਗਈ ਨਾ ਉਦੋਂ ਬਾਅਦ ਦੇਖਾਂਗੇ ਕਿਹੜਾ ਉਸ ਬਣਦਾ। ਹੁਣ ਆਪਣੇ ਕਿ ਸਾਰੇ ਆਪਾਂ ਤਾਂ ਪੂਰਾ ਜ਼ੋਰ ਲਾਇਕ ਨਹੀਂ ਲਾਇਆ, ਨਹੀਂ ਵੀ ਜਾਇਆ ਆਪਦੀ ਬੇਇੱਜ਼ਤੀ ਕਰਾ ਕੇ ਮੁੜਿਆ, ਫਿਰ ਉਦੋਂ ਬਾਅਦ ਨੰਬਰਦਾਰ ਵੀ ਜਾਇਆ, ਕੌਣ ਨਹੀਂ ਗਿਆ ਉਹਦੇ ਕੋਲ, ਸਾਰੇ ਜਾਏ, ਹੁਣ ਕੀ ਕਰੀਏ? ਕੀ ਅਗਲਾ ਆ ਕੇ ਉੱਥੇ ਗਰੀਬੀ 'ਤੇ ਜਾ ਕੇ ਖੜ ਜਾਂਦੀ ਹੈ, ਆਪਣੇ ਗਰੀਬੀ ਦਾ ਉਹ ਆ, ਉਹ ਤਾਂ ਮੈਂ ਆਪਣੇ ਆਪ ਨੂੰ ਸਮਝਦਾ ਗਾ ਵੀ ਸਾਰੀ ਗਲਤੀ ਮੇਰੀ ਆ, ਕਿਤੇ ਕਿਤੇ ਤਾਂ ਮੈਂ ਹੀ ਸੋਚਦਾ ਗਾ ਵੀ ਆਹ 2 ਕਿੱਲੇ ਵਾਹਣ ਦੇ ਵੇਚ ਕੇ ਨਾ ਗਰੀਬੀ ਗਰੂਬੀ ਚੱਕ ਦਿਆ, ਹੋਰ ਕੀ ਹੈ? ਓਹੋ ਤੁਸੀਂ ਆਪਣੇ ਆਪ ਨੂੰ ਕਿਉਂ ਦੋਸ਼ ਦਿੰਦੇ ਰਹਿੰਦੇ ਹੋ? ਮੈਂ ਆਪਦੀ ਜਦੋਂ ਆਪਦੇ ਮੈਂ ਧੀ ਪੁੱਤਾਂ ਦਾ ਕੁਛ ਨਹੀਂ, ਆਪਦੀ ਧੀ ਸੀ, ਧੀ ਤਾਂ ਨਹੀਂ ਕੁਛ ਕਰ ਸਕਿਆ, ਫਿਰ ਮੈਨੂੰ ਆਪਣੇ ਆਪ 'ਤੇ ਆਉਂਦੀ ਗੱਲ ਚਾਹੇ ਕੁਛ ਵੀ ਹੈ, ਹਜੇ ਤਾਂ ਮੇਰੀ ਧੀ, ਜੇ ਮੇਰੀ ਧੀ ਹੱਸਦੀ ਖੇਡਦੀ ਹੈ ਫਿਰ ਹੀ ਕਹਿੰਦੇ ਮਾਂ ਪਿਓ ਦੀ ਜਾਨ ਸੌਖੀ ਰਹਿੰਦੀ ਹੈ, ਇਹ ਤਾਂ ਕਿਵੇਂ ਨਾ ਗੱਲ ਹੋਵੇ, ਬੱਚਿਆਂ ਦੀ ਖੁਸ਼ੀ 'ਚ ਖੁਸ਼ ਹੋਣਾ ਚਾਹੀਦਾ। ਬਸ ਆਹ ਗੱਲ ਮੈਨੂੰ ਵਾਰ ਵਾਰ ਮੈਨੂੰ ਵੀ ਖਾਂਦੀ ਹੈ, ਪਰ ਹੁਣ ਤੂੰ ਦੱਸਾਂ ਗੱਲ, ਤੂੰ ਢਿੱਲੀ ਮਿੱਠੀ ਰਹਿੰਦੀ, ਦੇਖ ਤੇਰੇ ਤੋਂ ਬਿਨਾਂ ਜੀਤਾ ਦਾ ਕੌਣ, ਜੇ ਤੂੰ ਇੱਕ ਗੱਲ ਵਾਰੀ ਵਾਰੀ ਸੋਚੀ ਜਾਏਗੀ ਕੱਲ੍ਹ ਨੂੰ ਜੀਤਾ ਨੂੰ ਕੁਛ ਹੋ ਗਿਆ ਫਿਰ ਕੌਣ ਆ ਉਹਦਾ, ਉਹ ਤਾਂ ਫਿਰ ਇਦੋਂ ਵੀ ਜ਼ਿਆਦਾ ਹੋ ਜੂਗੀ, ਹੁਣ ਭਾਵੇਂ ਤੁਰੀ ਫਿਰਦੀ ਹੈ ਕੱਲ੍ਹ ਨੂੰ ਰੋਥ ਬਣ ਕੇ ਬਹਿ ਜੂ ਵੀ ਮੇਰੀ ਮਾਂ ਨੂੰ ਆਹ ਕੁਛ ਹੋ ਗਿਆ, ਉਹ ਫਿਰ ਐਂ ਸੋਚੂਗੀ ਵੀ ਮੇਰੀ ਮਾਂ ਮੇਰੇ ਬਾਰੇ ਸੋਚਦੀ ਸੀ, ਮੇਰੀ ਮਾਂ ਨੂੰ ਤਾਂ ਕੁਛ ਹੋਇਆ, ਉਹ ਇਹ ਗੱਲ ਸੋਚੂਗੀ, ਸਮਝਦਾਰ ਹੈ। ਚੱਲ ਕੋਈ ਵੀ ਗੱਲ ਨਹੀਂ, ਕੋਈ ਗੱਲ ਨਹੀਂ, ਪਰਮਾਤਮਾ ਨੂੰ ਜਿਵੇਂ ਮਨਜ਼ੂਰ ਆ, ਪਰਮਾਤਮਾ ਦੇ ਛੱਡਦੇ ਆਪਣਾ ਜ਼ਰੂਰ ਸੁਣੂਗਾ ਵਾਹਿਗੁਰੂ, ਆਪਾਂ ਕਿਹੜਾ ਕੋਈ ਮਾੜਾ ਕੀਤਾ ਜਾਂ ਆਪਣੀ ਧੀ ਨੇ ਮਾੜਾ ਕੀਤਾ, ਚੱਲ ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਆਪਾਂ ਨੰਬਰਦਾਰ ਆਪਣੇ ਟੱਕਰਿਆ ਸੀਗਾ, ਉਹ ਵੀ ਗੱਲ ਮੈਨੂੰ ਕਹਿੰਦਾ ਸੀਗਾ, ਕਿਤੇ ਨਾ ਕਿਤੇ ਕਹਿੰਦਾ ਕੋਈ ਨਾ ਕੋਈ ਆਪਾਂ ਗੱਲ ਕਰਦੇ ਹਾਂ ਜੇ ਪਰਮਾਤਮਾ ਨੇ ਛੋੜ ਲਈ, ਜ਼ੋਰ ਤਾਂ ਹੁਣ ਸਾਰੇ ਲਾਈ ਜਾਂਦੇ ਆ। ਪਰ ਤੁਹਾਡੀ ਗੱਲ ਠੀਕ ਹੈ, ਹੁਣ ਤਾਂ ਵੈਗਰੂ ਹੱਥੀ ਡੋਰਾਂ ਨੇ, ਦੱਸਣਾ ਭੁੱਲ ਗਿਆ, ਹਾਂਜੀ ਇੱਕ ਦਿਨ ਮੈਨੂੰ ਆਪ ਹੀ ਟੱਕਰਿਆ ਸੀਗਾ ਅਮਰ, ਹਾਂ ਤੇ ਉਹਨੇ ਮੈਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ, ਅੱਛਾ ਸਤਿ ਸ੍ਰੀ ਅਕਾਲ ਬੁਲਾ ਕੇ ਮੈਨੂੰ ਰਾਹ 'ਚ ਕਹਿੰਦਾ, ਅਤੇ ਗੱਲਾਂ ਜਿਹੀਆਂ ਕਰਨ ਲੱਗ ਗਿਆ ਵੀ ਮੈਂ ਰਿਸ਼ਤਾ ਹੋ ਗਿਆ, ਮੇਰੀ ਤਾਂ ਹਾਂ ਨਹੀਂ ਗਈ ਵਿੱਚ, ਉਹਨੇ ਮੈਨੂੰ ਆਹ ਵੀ ਗੱਲ ਕਹੀ ਹੈ ਵੀ ਤਾਂ ਮੈਨੂੰ ਲੱਗਦਾ ਜੀ ਅਮਰ ਵੀ ਖੁਸ਼ ਨਹੀਂ ਹੈਗਾ, ਖੁਸ਼ ਨਹੀਂ ਗਾ, ਰਿਸ਼ਤਾ ਤਾਂ ਹੋ ਗਿਆ ਪਰ ਅੰਦਰੋਂ ਉਹ ਵੀ ਮੁੰਡਾ ਖੁਸ਼ ਨਹੀਂ ਹੈਗਾ। ਉਹਨੇ ਮੈਨੂੰ ਇੰਨੀ ਗੱਲ ਨਹੀਂ ਦੱਸੀ, ਮੈਂ ਕਿਹਾ ਭਾਈ ਕੋਈ ਗੱਲ ਨਹੀਂ, ਜੇ ਤੇਰਾ ਰਿਸ਼ਤਾ ਹੋ ਗਿਆ, ਆਪਾਂ ਤਾਂ ਇਹੀ ਗੱਲ ਕਹਿਣੀ ਸੀ, ਕੋਈ ਗੱਲ ਨਹੀਂ ਭਾਈ ਤੂੰ ਆਪਦਾ ਉੱਥੇ ਰੱਖ, ਮਾਂ ਪਿਓ ਦੀ ਗੱਲ ਮੰਨਣੀ ਪੈਂਦੀ। ਉਹ ਕਹਿੰਦਾ ਠੀਕ ਆ, ਤਾਂ ਪਰ ਮੇਰੇ ਰਿਸ਼ਤੇ 'ਚ ਕਹਿੰਦਾ ਮੇਰੀ ਕੋਈ ਹਾਂ ਨਹੀਂ, ਪਰ ਉੱਥੇ ਮੇਰਾ ਦਿਮਾਗ ਹੁਣ ਗੇੜਾ ਖਾਈ ਜਾਂਦਾ ਵੀ ਕੀ ਉਹ ਅੰਦਰੋਂ ਅੰਦਰ ਹੀ ਖੁਸ਼ ਨਹੀਂ ਗਾ। ਪਤਾ ਕੀ, ਸਾਰੀ ਗੱਲ ਤਾਂ ਨਾ ਮਨ ਮਿਲੇ ਦੀ ਹੁੰਦੀ ਹੈ, ਬਸ ਬੱਚਿਆਂ ਦਾ ਮਨ ਮਿਲਣਾ ਜ਼ਰੂਰੀ ਹੁੰਦਾ ਹੈ ਨਾ। ਯਾਰ ਕੀ ਹੈ ਮੈਨੂੰ ਆਇਆ ਗਾ ਕੀ ਉਹ ਹਜੇ ਕੀ ਪਤਾ, ਆਪਾਂ ਨੂੰ ਪੱਕੀ ਪਤਾ ਉਹਦੇ 'ਤੇ ਜਵਾਬ ਵੀ ਦੇ ਸਕਦਾ ਉਹ। ਚਲੋ ਜੇ ਮੈਂ ਬੈਗਰੂ ਨੂੰ ਮਨਜ਼ੂਰ ਹੋਇਆ, ਅਸਲ ਤਾਂ ਸੰਯੋਗਾਂ ਦੀ ਗੱਲ ਆ, ਹਾਂਜੀ ਉਹਨੂੰ ਕੋਈ ਨਹੀਂ ਟਾਲ ਸਕਦਾ, ਨਾ ਤਾਂ ਮੈਂ ਟਾਲ ਸਕਾਂ ਤੇ ਨਾ ਤੂੰ ਟਾਲ ਸਕੇ। ਹਾਂ ਤੇ ਚਾਚੂ ਪੀਣੀ ਹੈ ਤੇ ਤੂੰ ਬੈਠ, ਮੈਂ ਚਾਹ ਪੀਣ ਬਣਾ ਕੇ ਤੈਨੂੰ, ਫਿਰ ਸਾਰਾ ਦਿਨ ਲੱਗੀ ਰਹਿੰਦਾ ਗੱਲ, ਕੋਈ ਨਾ ਬਣਾ ਲੂੰਗੀ ਮੈਂ, ਕੁਛ ਨਹੀਂ ਮੈਂ ਬਣਾ ਦਿੰਦਾ, ਨਹੀਂ ਨਹੀਂ ਜੇ ਕੋਈ ਆ ਗਿਆ ਕੀ ਕਹੂਗਾ, ਫਿਰ ਕੀ ਕਹੂਗਾ, ਬਾਅਦ ਘਰ ਚਾਹ ਬਣਾਉਣਾ, ਜੇ ਮੈਂ ਆਪਦੇ ਘਰ ਨੂੰ ਚਾਹ ਬਣਾ ਕੇ ਦੇ ਦੂੰ ਕੋਈ ਗਲਤ ਕਰਨਾ ਕੋਈ ਲੈ, ਤੂੰ ਸਾਰੀ ਉਮਰ ਹੀ ਬਣਾ ਕੇ ਪਈ ਹੈ, ਜੇ ਹੁਣ ਢਿੱਲੀ ਮਿੱਠੀ ਮੈਂ ਬਣਾ ਦੂੰ ਫਿਰ ਕੀ ਹੋ ਜੂ,
ਉਹ ਤਾਂ ਜੰਮੀ ਹੱਦ ਹੋਈ ਪਈ ਹੈ। ਅੱਖ ਕੀ ਕਹਿਣਗੇ, ਕਿਸੇ ਮੰਗ ਨਹੀਂ ਲੱਗਦੇ ਹੁੰਦਾ। ਮੈਨੂੰ ਸੋਚਣਾ ਵੀ ਮੇਰਾ ਘਰ ਹੈ, ਮੈਂ ਤੈਨੂੰ ਚਾਹ ਬਣਾ ਕੇ ਪਿਆ। ਭੁੱਲ ਆ ਗਿਆ। ਸਤਿ ਸ੍ਰੀ ਅਕਾਲ ਭਾਈ, ਠੀਕ ਹੈ? ਠੀਕ ਹੈ, ਵਧੀਆ। ਤੂੰ ਦੱਸ। ਇਹਨੇ ਕਿਵੇਂ ਆਉਣਾ ਸੀ? ਜਖਮਾ ਤੇ ਨੂੰ ਭੁੱਕਣਾ ਇਹ ਆਇਆ ਹੋਊਗਾ। ਗੱਲ ਤਾਂ ਸੁਣ ਲੱਗ ਪੈਣੀ ਲੱਗੇ ਮੈਨੂੰ। ਹਾਂ, ਤੂੰ ਦੱਸ ਦੇ। ਬਸ ਤਾਂ ਬੈਠਦਾ ਜਾਣ ਦੇ। ਪੂਰਾ ਹੋ ਜਾਓ ਜੀ ਤੁਸੀਂ। ਕੁਰਸੀ ਚੱਕ ਲਿਆ ਨਹੀਂ ਆ ਜਾ। ਨਾ ਬਸ ਸਕੂਟਰੀ ਦਾ ਨੀਲ ਮੁੱਕਿਆ ਪਿਆ ਤੇ ਮੈਂ ਤੁਰ ਗਿਆ। ਹੋਰ ਠੀਕ ਹੈ ਘਰੇ? ਹਾਂ ਠੀਕ ਹੈ, ਵਧੀਆ। ਸਾਨੂੰ ਕੋਈ ਹੱਠ ਉੱਠ ਮਾਰਦਾ ਇਹ ਤਾਂ ਨਾ? ਇੰਨੇ ਭਾਈ ਤੂੰ ਬਚੋਰ ਬਣੇ ਕਰਦਾ, ਹਲੇ ਵੀ ਤੇਰੇ ਸਕੂਟਰ ਦਾ ਤੇਲ ਮੁੱਕਿਆ ਰਹਿੰਦਾ। ਮੇਰੀ ਗੱਲ ਸੁਣ ਤੁਸੀਂ ਵੀਰੋ, ਰਿਸ਼ਤੇ ਦਾ ਬਹੁਤ ਕਰਾਉਂਦਾ ਇਹ ਤੇ ਪੂਰ ਕੋ ਜੜਦਾ ਨਹੀਂ ਗੱਲ ਤਾਂ। ਅੱਛਾ, ਸਾਲ ਦੋ ਸਾਲਾਂ ਚ ਕਦੇ ਕਰਾਉਂਦਾ ਹੈ? ਕਹਿੰਦੇ ਹੁੰਦੇ ਆ ਤੇਲ ਵੱਧਦਾ ਮੱਚ ਜਾਂਦਾ। ਮੇਰੀ ਗੱਲ ਤਾਂ ਸੁਣ ਲਾ ਵੀ, ਕਹਿੰਦੇ ਹੁੰਦੇ ਆ ਜਾਂ ਤਾਂ ਕਹਿੰਦੇ ਰਾਹ ਪਈ ਤੋਂ ਜਾਣੀਏ ਜਾਂ ਵਾਹ ਪਈ ਤੋਂ ਜਾਣੀ। ਮੈਂ ਤਾਂ ਹੁਣ ਪਤਾ ਲੱਗਿਆ ਵੀ ਉਹ ਤਾਂ ਠੀਕ ਠਾਕ ਆ ਬਸ। ਕਿਹਦੀ ਗੱਲ ਕਰੀ ਜਾਂਦਾ ਮੈਂ? ਆਪਣੇ ਦੀ ਚੱਲ ਰਿਹਾ ਸਰਪੰਚ ਦੀ, ਹੋਰ ਕਿਹਦੀ ਕਰਨੀ ਆ ਮੈਂ ਹੁਣ। ਉਹਨੇ ਕੀ ਕਰਤਾ ਯਾਰ? ਲੱਕ ਕੁੜੀ ਬਣੀ ਵੀ ਖੜਦੀ ਨਹੀਂ ਦਿੰਦੀ। ਕਿਉਂ? ਹੋਰ ਮੈਨੂੰ ਐ ਮੇਰੀ ਬੇਇੱਜ਼ਤੀ ਨਾ ਹੋਈ। ਬੇਇੱਜ਼ਤੀ ਨਾ ਹੋਈ? ਬੇਇੱਜ਼ਤੀ ਨੂੰ ਕੀ ਹੁੰਦਾ ਗਾ? ਹੁਣ ਜੇ ਰਿਸ਼ਤਾ ਹੋ ਤਾਂ ਗਿਆ ਉਹ ਚੱਲ ਸਾਰੇ ਤਾਂ ਨਹੀਂ ਇੱਕ ਜਿਹੇ ਹੁੰਦੇ। ਹੋ ਤਾਂ ਗਿਆ, ਇਹੀ ਤਾਂ ਦਾਰਾ ਉਹ ਇਹ ਤਾਂ ਜਾਏ ਮੁੱਕ ਤੇ ਕੀ ਹੋ ਜੇ? ਉਹ ਫਰਕ ਆ ਇੰਨਾ ਤਾਂ ਮੈਂ ਭਾਵੇਂ ਕੋਈ ਕਿਵੇਂ ਹੀ ਆ, ਹੈ ਤਾਂ ਮੇਰਾ ਭਰਾ, ਇਹਨੂੰ ਮੈਂ ਜਾਣਦਾ, ਕੁੜੀ ਬਹੁਤ ਸਮਝਦਾਰ ਹੈ, ਕੁੜੀ ਤਾਂ ਨਹੀਂ ਮਾੜੀ। ਗੱਲ ਕਰ, ਉਹਦੇ ਆਪਦੇ ਲੱਛਣ ਮਾੜੇ ਆ ਮੇਰੇ ਭਰਾ ਦੇ। ਉਹ ਗੱਲ ਤਾਂ ਉਹੀ ਹੈ। ਫਿਰ ਤੂੰ ਤਾਂ ਕੁੜੀ ਦਾ ਰਿਸ਼ਤਾ ਕਰਾਉਣਾ, ਤੈਨੂੰ ਕੀ ਹੈ? ਕੀ ਨਹੀਂ, ਨਾਲੇ ਹੋ ਗਿਆ ਕਰ ਗਿਆ ਭਾਈ, ਹੁਣ ਤਾਂ ਸਾਰਾ ਕੁਛ। ਉਹ ਤਾਂ ਚੰਗਾ ਚਾਹੇ ਮਾੜਾ, ਆਹੀ ਤਾਂ ਪੰਗਾ, ਇਹਦਾ ਬੰਦੀ ਵਾਲਾ ਵੇਖਾ ਨਿਕਲਿਆ। ਨਾਲੇ ਕੱਲ੍ਹ ਹੋਰ ਮੈਂ ਤਾਂ ਰਿਸ਼ਤਾ ਕਰਾ ਕੇ ਪਛਤਾਈ ਜਾਂਦਾ ਵੀ ਕਿਉਂ ਕਰਾਇਆ। ਕਿਉਂ, ਹੁਣ ਕੀ ਹੋ ਗਿਆ ਭਾਈ? ਸਾਰਾ ਮੈਨੂੰ ਲੱਗਦਾ ਨਾ ਜਾਣ ਕੇ ਵਹਿਤਾ ਕਰਦਾ ਹੈ। ਉਦੋਂ ਆਪਾਂ ਕਹਿੰਦੇ ਸੀ, ਉਦੋਂ ਆਪਾਂ ਨੂੰ ਮਾੜਾ ਕਹਿੰਦਾ ਸੀ, ਅੱਜ ਉਹਨੂੰ ਮਾੜਾ ਕਹੀ ਜਾਂਦਾ। ਉਦੋਂ ਤੈਨੂੰ ਕਿੰਨਾ ਜ਼ੋਰ ਲਾਇਆ ਸੀਗਾ? ਕੱਲ ਨੂੰ ਵਹਿਤਾ ਨੇ ਭਰਾਵਾ ਕੀ ਦੱਸਾਂ ਤੈਨੂੰ ਹੁਣ, ਉਹਨਾਂ ਦਾ ਸੋਚਦਾ ਹੀ ਮੇਰੇ ਗੱਲ ਨੂੰ ਪੈਂਦਾ, ਗੱਲ ਨੂੰ ਪੈਂਦਾ ਗਾ, ਤਾੜਨਾ ਪੈਂਦਾ ਗਾ। ਉਹ ਤਾਂ ਪਹਿਲਾਂ ਸੋਚਣੇ ਬਹੁਤ ਜ਼ੋਰ ਲਾਇਆ ਸੀਗਾ। ਮੈਂ ਭਾਈ ਤੇਰੇ ਕੋਲ ਆਇਆ, ਤੂੰ ਆ ਸਿਆਣਾ ਬੰਦਾ ਸਮਝਦਾਰ, ਮੈਨੂੰ ਰਾਹ ਪਾ ਕੇ ਦੇਗਾ। ਹੁਣ ਮੈਂ ਤਾਂ ਕੀ ਰਾਹ ਪਾਉਣਾ ਗਾ? ਰਾਹ ਤਾਂ ਹੁਣ ਪਰਮਾਤਮਾ ਹੀ ਹੈ। ਹੁਣ ਬਾਈ ਰਾਹ ਵੀ ਕੀ ਪਊਗਾ ਜੇ ਤੂੰ ਕਹਿੰਦਾ ਮੈਂ ਕਰਾਤਾ? ਹੁਣ ਤਾਂ ਗੱਲ ਸਾਰੀ ਆ ਕੇ ਵੀਰ ਮੁੰਡੇ ਤੇ ਰਹਿ ਗਈ ਕਿ ਨਹੀਂ? ਉਹੀ ਤਾਂ ਪੰਗਾ ਤਾਂ ਫਿਰ ਵੀ, ਤੂੰ ਫਿਰ ਵੀ ਪੁਰਾਣਾ ਬੰਦਾ ਕਰਦੇ ਫਿਰਾ ਤਾਂ ਹੁਣ ਕਮਲਾ ਸਰਪੰਚ ਤਾਂ ਉਹਦਾ ਕਹਿਣਾ। ਅਸਲ ਤਾਂ ਭਾਈ ਤੂੰ, ਤੇਰੀ ਮੁੰਡੇ ਨਾਲ ਨਹੀਂ ਗੱਲ ਹੋਈ ਕਿਤੇ? ਹੋਈ ਹੈ ਮੁੰਡੇ ਨਾਲ। ਅਮਰ ਨਾਲ ਕੀ ਕਹਿੰਦਾ ਮੁੰਡਾ? ਉਹ ਤਾਂ ਕਹਿੰਦਾ ਮੈਂ ਨਹੀਂ ਕਰਾਉਣਾ ਬੰਦਾ ਯਾਰ। ਕਿੱਧਰ ਨਹੀਂ ਕਰਾਉਣਾ? ਇੱਧਰ ਆਪਣੇ ਨਹੀਂ ਕਰਾਉਂਦਾ ਫਿਰ ਨਾ ਕਰਾਉਣ ਦੇ, ਉੱਧਰ ਹੀ ਕਰਾਊਗਾ ਉਹ। ਓਏ ਉੱਧਰ ਹੀ ਕਹਿ ਰਹੇ ਹਮੇ ਨਹੀਂ ਕਰਾਉਂਦਾ। ਅੱਛਾ, ਉੱਧਰ ਰਿਸ਼ਤੇ ਤੇ ਖੁਸ਼ ਨਹੀਂ ਹੈਗਾ ਵੀ ਮੁੰਡਾ? ਤੂੰ ਖੁੱਲ ਕੇ ਗੱਲ ਦੱਸ ਯਾਰ, ਨਾ ਹੈ ਪਤਾ ਨਹੀਂ ਇਹਨਾਂ ਮਜ਼ਾਕ ਨਾ ਪਾਈ ਇਹਨਾਂ ਵੀ ਕਰੂਗੀ। ਉੱਧਰ ਇਤਵਾਰੇ ਤਾਂ ਨਹੀਂ ਕਰਾਉਂਦਾ। ਤੈਨੂੰ ਕਹਿੰਦਾ ਸੀ ਉਹ? ਹਾਂ, ਮੈਨੂੰ ਆਪ ਕਿਹਾ ਮੈਂ ਬੁਲਾ ਕੇ ਘਰੇ ਕੋਠੀ 'ਚ। ਅੱਛਾ, ਨਾ ਮੇਰੇ ਗੁਲਾਮੇ ਨੂੰ ਪੈ ਰਿਹਾ ਜੀ, ਬਚਤ ਰਹਿ ਗਈ, ਰੱਬ ਰੱਬ ਕਰਾ ਮੈਂ ਨਿਕਲ ਆਇਆ। ਉਹ ਤਾਂ ਫਿਰ ਤੈਨੂੰ ਐਂ ਕਹਿੰਦਾ ਹੋਊ ਨਾ ਵੀ ਤੂੰ ਪੰਗੇ ਕਿਉਂ ਪਾਉਣਾ ਗਾ? ਤੈਨੂੰ ਯਾਰ ਮੈਨੂੰ ਉਹ ਕਹਿੰਦਾ ਉਹਨੇ ਮੁੰਡੇ ਮਿਲਾ, ਮੈਂ ਸੁਣ ਲਈ ਛੱਡ ਕੇ ਚੈੱਕ, ਮੈਂ ਤੇਰਾ ਮੈਂ ਕਰਾਉ ਗਿਆ ਉੱਧਰ ਹੀ, ਤੂੰ ਚੱਲ ਚੱਲ ਵਾੜਾ, ਮੈਂ ਲੜਾ ਲੈ ਕੇ ਲੈ ਗਿਆ। ਘਰ ਪੱਟ ਦੇਣਗੇ ਕਿਸੇ ਦਾ। ਹੁਣ ਕੀ ਰਾਹ ਪਊਗਾ? ਇਹ ਤਾਂ ਤਿੰਨ ਬੰਦੇ ਜਾਣਦੇ ਆ, ਇਹ ਤਾਂ ਤੂੰ ਜਾਣਦਾ ਹੁਣ, ਚਾਹੇ ਅਮਰ ਜਾਣਦਾ ਗਾ ਚਾਹੇ ਫਿਰ ਰੱਬ ਜਾਣਦਾ ਗਾ। ਮੈਂ ਰੱਬ ਹੀ ਤੈਨੂੰ ਕਹਿ ਰਿਹਾ ਸਭ ਹੱਲ ਕਰਦਾ। ਲੈ ਮੈਂ ਤਾਂ ਰੱਬ ਕਿਵੇਂ ਬਣ ਜਾਊਗਾ? ਰੱਬ ਤਾਂ ਪਰਮਾਤਮਾ ਹੀ ਆ, ਬੰਦੇ 'ਚ ਰੱਬ ਵੱਸਦਾ ਹੁੰਦਾ। ਇਹ ਗੱਲਾਂ ਤੂੰ ਪਹਿਲਾਂ ਸੋਚਣੀਆਂ ਸੀਗੀਆਂ। ਬਸ ਹੁਣ ਸੋਚ ਰਹੀ ਨਾ, ਪਰ ਹੁਣ ਬਸ ਹੱਲ ਕਰਦਾ ਮੇਰਾ।
ਉਹ ਹੁਣ ਆਇਆਗਾ ਮੈਥੋਂ ਨਾ ਕਿਤੇ ਕਿਹਦੇ ਵੀ ਮਾੜੀ ਹੁੰਦੀ ਜਿਹੜੀ ਉਹ ਸਰਪੰਚ ਦੀ ਕੁੜੀ ਹੈ ਹਜੇ ਤਾਂ ਮੇਰੀ ਵੀ ਸੀ ਸਰਪੰਚ ਦੀ ਤਾਂ ਠੀਕ ਹੈ ਤੈਨੂੰ ਰਿਸ਼ਤਾ ਮਜ਼ੂਰ ਹੈ ਕਿਹੜਾ ਗੱਲ ਮੈਂ ਉਹ ਮੇਰੇ ਸਾਰਾ ਕੇ ਮੈਂ ਖੇਡਣੀ ਹੈ ਹੁਣ ਮੇਰੇ ਕਹੇ ਨਾਲ ਕੀ ਹੋਊਗਾ ਉਹ ਸਭ ਕੁਛ ਹੋ ਜੂ ਹੁਣ ਸਭ ਕੁਛ ਹੋ ਜੂ ਵਾਪਸ ਛੱਡ ਕਰ ਮੈਂ ਦਿਮਾਗ ਬਹੁਤਾ ਟਿਕਣਾ ਕਰ ਕੱਲ੍ਹ ਨੂੰ ਆਏ ਨਾ ਕਹੀ ਦੀ ਨਾ ਇੱਥੇ ਭੇਤ ਲੈਣ ਆਇਆ ਹੋਵੇ ਜਾ ਕੇ ਸਾਨੂੰ ਲੜਾ ਦੇ ਵੀ ਉਹ ਤਾਂ ਰਿਸ਼ਤਾ ਲੈਣ ਨੂੰ ਤਿਆਰ ਆ ਹਾਂ ਸਾਡੇ ਸਰੀਕੇ ਦੇ ਕੰਮ ਹੈ ਭਾਈ ਸਾਡਾ ਤਾਂ ਸਿਰ ਚੜ ਜਾਣਗੇ ਉਹ ਤੈਨੂੰ ਦੱਸਾਂਗਾ ਮੈਂ ਪਹਿਲਾਂ ਤਾਂ ਜਿੰਨਾ ਜਗ੍ਹਾ ਵੋਟਾਂ ਨਹੀਂ ਪੈਂਦੀਆਂ ਮੇਰੀ ਧੀ ਉਹਨਾਂ ਚ ਕੋਈ ਫੈਸਲਾ ਨਹੀਂ ਲੈਂਦੀ ਜੇ ਸਰਪੰਚ ਜਿੱਤ ਗਈ ਉਸ ਤੋਂ ਬਾਅਦ ਆਪਾਂ ਸੋਚ ਲਾਂਗੇ ਇਹ ਚ ਕੀ ਆ ਸੋਚਣ ਵਾਲਾ ਕੀ ਹੱਥ ਕਰਨੀ ਆ ਸਾਨੂੰ ਤਾਂ ਕੱਲ ਨੂੰ ਜਾ ਕੇ ਸਰਪੰਚ ਨੂੰ ਕਹਿੰਦੇ ਮੁੜ ਕੇ ਸਾਨੂੰ ਲੜਵਾ ਦੇ ਮੈਂ ਤਾਂ ਇਹ ਗੱਲ ਕਹਿਣਾ ਭਾਈ ਜੇ ਹੁੰਦਾ ਕਰਾ ਵੀ ਤੇ ਸਾਨੂੰ ਕੋਈ ਤਰ੍ਹਾਂ ਨਹੀਂ ਮੇਰੀ ਧੋਵੀ ਧੀ ਹੈ ਜੇ ਉਧਰ ਨਾ ਨਾ ਹੁੰਦੀ ਹੋਈ ਫਿਰ ਅਸੀਂ ਲੈ ਲਾਂਗੇ ਕਿਉਂ ਸਾਨੂੰ ਬਸ ਠੀਕ ਹੈ ਮੈਂ ਨਾ ਜਿਹੜਾ ਲਾਈਕ ਮੈਂ ਲਗਾਣਾ ਤੁਸੀਂ ਲੈ ਲਓਗੇ ਪਰ ਭੋਲਿਆ ਧਿਆਨ ਰੱਖੀ ਜਿਹੜੀ ਗੱਲ ਮੈਂ ਤੈਨੂੰ ਕਹੀ ਇਹ ਵੀ ਸਾਡੇ ਸਰੀਕੇ 'ਚ ਫਰਕ ਨਾ ਪੈ ਜੇ ਤੁਸੀਂ ਫਿਕਰ ਨਾ ਕਰੋ ਜੀ ਮੈਂ ਬੈਠਾ ਕੱਲ ਨੂੰ ਕਿਤੇ ਐ ਕਹਦੇ ਮੈਨੂੰ ਤਾਂ ਤੇਰੇ ਭਰਾ ਨੇ ਕਿਹਾ ਜਾ ਕੇ ਉਹਨੂੰ ਕਹਦੇ ਉਹ ਕਹੋ ਮੇਰੀ ਮੇਰੀ ਧੀ ਦਾ ਘਰ ਪੜਦਾ ਉਹ ਕਹਿਣਾ ਕਿ ਮੇਰੀ ਧੀ ਐ ਦੇਖ ਭਾਈ ਫਿਰ ਗਲਤ ਹੋ ਜਾਂਦਾ ਪਤਾ ਕਿੰਨਾ ਮੇਰਾ ਭੁੱਲਾ ਕਹਿੰਦੇ ਮੈਨੂੰ ਰੱਖਦਾ ਨਹੀਂ ਕਿ ਉਹਲਾ ਤੇ ਕਰਨਾ ਲੱਗਾ ਆਪੀ ਸਾਨੂੰ ਜਾ ਵਗ ਜਾ ਫਿਰ ਜਾਪੀ ਸਾਂਭਰੇਗਾ ਤਾਂ ਮੇਰੇ ਸੇ ਛੱਡ ਦੇ ਅਮਰ ਵੀ ਤਾਂ ਖੁਸ਼ ਨੀ ਨਾ ਜੀ ਉਹਨਾਂ ਨੂੰ ਚੱਕਰ ਨੀਗਾ ਵੀ ਅਮਰ ਨੀ ਖੁਸ਼ ਉਹਨਾਂ ਨੂੰ ਆਏ ਆ ਵੀ ਕਿਹੜਾ ਰਿਸ਼ਤਾ ਹੋ ਜੇ ਜੇ ਰਿਸ਼ਤਾ ਹੋ ਗਿਆ ਅਸੀਂ ਸਰਪੰਚ ਸਿੱਧੇ ਜਿੱਤ ਜਾਵਾਂਗੇ ਉਹਨੂੰ ਤਾਂ ਆਹ ਲਾਚ ਆ ਰਿਸ਼ਤੇ ਰੁਸ਼ਤੇ ਤਾਂ ਨੀ ਉਹਨਾਂ ਨੂੰ ਸਮਝ ਗਿਆ ਤੂੰ ਸਰ ਛੱਡੋ ਜੀ ਦੇਖੀ ਜਾਓ ਪਰਮਾਤਮਾ ਦੇ ਹੱਥਾਂ ਜੋ ਹੋਣਾ ਹਨਾ ਇਸ ਗੱਲ ਤੇ ਇਹ ਛੱਡ ਦੇ ਜੇ ਪਰਮਾਤਮਾ ਨੇ ਕਹਿੰਦੇ ਜੀਤਾ ਦਾ ਰਿਸ਼ਤਾ ਕਰਨਾ ਹੋਇਆ ਨਾ ਕੋਈ ਨਾ ਕੋਈ ਕਹਿੰਦੇ ਹੀਲਾ ਸਵੀਲਾ ਬਣੂਗਾ ਸਹੀ ਗੱਲ ਅਸਾਂ ਆਪਾਂ ਤਾਂ ਹੁਣ ਆਹ ਗੱਲ ਸੋਚ ਲਾ ਵੀ ਕਿਹੜਾ ਬੋਟਾ ਪੈ ਜਾਣਾ ਚਲ ਮੈਂ ਚਾਹ ਦੀ ਘੁੱਟ ਬਣਾਉਣੀ ਆ ਚਲ ਆਪਾਂ ਦੋਨੇ ਬਣਾਉਣੀ ਆ ਜੀ ਪਹਿਲੇ ਜੂ ਰੱਖਾਂ ਆਹੋ ਚਲ ਚੱਲ ਗਏ ਅਸੀਂ ਵੀ ਤੇਰੇ ਕੋਲੇ ਖੜਦਾ ਉਹ ਦਿਮਾਗ ਤੋਂ ਕੰਮ ਲੈ ਲਿਆ ਕਰ ਕੋਈ ਜ਼ਰੂਰੀ ਕੰਮ ਕਰੀ ਜਾਣਾ ਮੈਂ ਸਾਰਾ ਖਰਾਬ ਕਰਕੇ ਧਰਤਾ ਸੀ ਮਾਰਿਆ ਕੰਮ ਲਿਆ ਮੰਗੂ ਆ ਕੇ ਹੱਥੇ 'ਚ ਇੰਨਾ ਸ਼ੁਕਰ ਕਰ ਉਦੋਂ ਮੈਂ ਕੋਕ ਤੈਨਾਂ ਸੀ ਜੇ ਮੈਂ ਘਰੇ ਹੁੰਦੀ ਉਹਦੀ ਬਣਾਉਂਦੀ ਮੈਂ ਤੇਰੀ ਰੇਲ ਨਾ ਕਿਹੜੀ ਸੀ ਉਹ ਜਿਹਨੂੰ ਗੱਡੀ 'ਚ ਬਾਹਰ ਕਿਲ ਗਿਆ ਸੀ ਓਹੋ ਕਿਹੜੀ ਹੋਰ ਬੈਠੀ ਸੀ ਮੇਰੇ ਨਾਲ ਉਹਦੇ ਬਦ ਦਿਮਾਗ ਦੇ ਮਗਰ ਲੱਗ ਗਈ ਤੂੰ ਉਹ ਸਾਰੇ ਆਸੇ ਪਾਸੇ ਚੱਕਮਾ ਚੁੱਲ੍ਹਾ ਹੋ ਕਿਤੇ ਉੱਧਰ ਕਿਤੇ ਉੱਧਰ ਲੜਾਈਆਂ ਪਵਾਉਂਦੀ ਫਿਰਦੀ ਰਹਿੰਦੀ ਹੈ ਅੱਛਾ ਉਹ ਤਾਂ ਲੜਾਈਆਂ ਪਾਉਂਦੀ ਰਹਿੰਦੀ ਤਾਂ ਇੰਨੇ ਦਿਨ ਬਾਹਰ ਫਿਰਦੇ ਸੀ ਜੇ ਘੁੰਮਦੇ ਫੋਨ ਨਹੀਂ ਚੱਕਦੇ ਸੀ ਹਾਂ ਮੈਂ ਤਾਂ ਸ਼ਿਮਲੇ ਗਿਆ ਹੋਇਆ ਸੀ ਨਾ ਨਾਲ ਲੈ ਕੇ ਗੱਲਾਂ ਕਰਦੀ ਹੈ ਮੇਰਾ ਇਧਰੋਂ ਦਿਮਾਗ ਸਰਪੰਚੀ ਕੰਨੀ ਤੁਰਿਆ ਫਿਰਦਾ ਤੈਨੂੰ ਹੋਰ ਹੀ ਸੋਹਣੀਆਂ ਨੇ ਪਹਿਲਾਂ ਤਾਂ ਕਦੇ ਇਹੋ ਜਿਹਾ ਕੁਛ ਹੋਇਆ ਨਾ ਹੁਣ ਮੈਂ ਇਹੋ ਜਿਹਾ ਕੁਛ ਕਰੂੰਗਾ ਹੈ ਲੈ ਉਹ ਤਾਂ ਜਦੋਂ ਮਰਜ਼ੀ ਉਹ ਕਰ ਲਾ ਅਗਰ ਪਹਿਲਾਂ ਹੋਇਆ ਨਹੀਂ ਪਹਿਲਾਂ ਡਰ ਹੋਣਾ ਹੁਣ ਤੁਹਾਨੂੰ ਸਰਪੰਚ 'ਚ ਹੋ ਕੇ ਡਰ ਨਹੀਂ ਚੱਕਿਆ ਗਿਆ ਸਾਰਾ ਸੱਚੀ ਗੱਲ ਕਹੀ ਆ ਕਿਸੇ ਨੇ ਵਾਕਈ ਗੁੱਤ ਪਿੱਛੇ ਹੁੰਦੀ ਆ ਮਤ ਐਵੇਂ ਨਾ ਕਿਸੇ ਦੇ ਮੰਗਰ ਲੱਗਿਆ ਕਰ ਮੇਰੇ ਤਾਂ ਗੁੱਤ ਪਿੱਛੇ ਮਤ ਹੈਗੀ ਤੁਹਾਡੀ ਤਾਂ ਬਹੁਤ ਮਤ ਆ ਤੁਹਾਡੇ ਕੋਲੇ ਜਿਹੜਾ ਫਿਰਦਾ ਬਾਹਰ ਦਵਾਉਂਦਾ ਝੂਟੀਆਂ ਉਹ ਤੂੰ ਵਗ ਜਾ ਪਰੇ ਕਾਹਦੀਆਂ ਉਹ ਲੁੱਤੀਆਂ ਲਾ ਗਈ ਮੈਨੂੰ ਲੱਗਦਾ ਤੇਰੀ ਖੁਰਕ ਜੀ ਹਟਾਉਣੀ ਪੂ ਮੇਥੋਂ ਮੇਰੇ ਕਾਹਦੀ ਖੁਰਕ ਹੁੰਦੀ ਆ ਖੁਰਕ ਤਾਂ ਥੋੜੀ ਹੁੰਦੀ ਹੈਗੀ ਹਾਂ ਹੁੰਦੀ ਆ ਤੂੰ ਵਗ ਜਾ ਪਰੇ ਮੇਰੇ ਦਫਾ ਹੋਏ ਇੱਕ ਦਿਨ ਲੈ ਕੇ ਗੱਡੀ 'ਚ ਨਿਕਲ ਜਾਣੇ ਬਾਹਰ ਨੂੰ ਘਰ ਦਾ ਕੰਮ ਦਾ ਧਿਆਨ ਨਹੀਂ ਹੈਗਾ ਗੱਡੀ ਦੇ ਪੈਸੇ ਲਾਏ ਨੇ ਪੈਸੇ ਲਾਏ ਨੇ ਲੋਕਾਂ ਖਾਤਰ ਨਹੀਂ ਲਾਏ
ਓਹੋ ਉਹ ਕਿਹੜਾ ਬੈਠਾ ਸੀ ਮੇਰੇ ਮਾਂ ਮੇਰੀ ਆ ਕੋਈ ਨਹੀਂ ਬੈਠਾ ਵਗ ਜਾ ਇਥੋਂ ਹਾਂ ਹੁਣ ਤਾਂ ਆਪੇ ਵਗ ਜਾ ਸੱਚੀ ਗੱਲ ਜਦੋਂ ਮੂਹਰੇ ਆ ਜਾਂਦੀ ਹੈ ਮੈਨੂੰ ਕੋਈ ਸੱਚੀ ਨਾ ਲਿਆ ਕੇ ਬਹਾਉਣੀ ਪੈ ਜੇ ਇੱਥੇ ਦੇਖੂ ਫਿਰ ਕੰਧ ਢਾ ਦੇਗੀ ਨਾਲੇ ਲਿਆ ਕੇ ਤਾਂ ਦੇਖ ਨਾ ਕਰਦੀ ਹੈ ਡਿਲੀਟ ਹੀ ਕਰਾਤਾ ਸਾਰਾ ਕੁਛ ਦੇਖ ਨੀ ਆ ਜਾ ਲੰਘਿਆ ਜੋਤੀ ਪੁੱਤ ਮੈਨੂੰ ਪੁੱਤ ਬਸ ਬੁਖਾਰ ਜਿਹਾ ਚੜ ਕੇ ਗਲੇ ਦੀ ਇਨਫੈਕਸ਼ਨ ਦੀ ਹੋ ਗਈ ਸੀ ਅੱਛਾ ਕਿੱਥੋਂ ਚੱਲਦੀ ਹੁਣ ਦਵਾਈ ਤੁਹਾਡੀ ਮਾਨਸਾ ਤੋਂ ਚੱਲਦੀ ਸੀ ਅੱਛਾ ਅੱਛਾ ਠੀਕ ਆ ਅੱਗੇ ਨਾਲ ਤਾਂ ਫਰਕ ਹੋਊਗਾ ਤੁਹਾਨੂੰ ਹਾਂ ਹਾਂ ਪੁੱਤ ਅੱਗੇ ਨਾਲ ਤਾਂ ਫਰਕ ਹੈ ਦਵਾਈ ਵੀ ਲੱਗੇ ਦੀ ਹੁੰਦੀ ਹੈ ਤੈਨੂੰ ਪਤਾ ਹਾਂਜੀ ਇਹ ਤਾਂ ਨਹੀਂ ਪਤਾ ਕਿ ਲੱਗ ਜੇ ਤਾਂ ਕਿਸੇ ਛੋਟੇ ਹਸਪਤਾਲ ਚ ਲੱਗ ਜਾਏ ਨਹੀਂ ਪਤਾ ਕਿੰਨੇ ਮਰਜ਼ੀ ਵੱਡੇ ਗਾ ਲਈ ਹੈ ਲੱਗੇ ਦੀ ਹੁੰਦੀ ਹੈਗੀ ਹੋਰ ਜੀ ਤਾਰਗੀ ਠੀਕ ਨੇਗੇ ਹਾਂ ਹਾਂ ਠੀਕ ਹੈ ਪਤਾ ਅੱਛਾ ਅੱਛਾ ਠੀਕ ਕਿੱਥੇ ਗਈ ਜੀਤਾ ਵੈਸੇ ਉਹ ਪੁੱਤ ਕੋਈ ਆਪਦੀ ਕੰਮ ਧੰਦੇ ਗਈ ਹੋਈ ਹੈ ਅੱਛਾ ਅੱਛਾ ਮੈਂ ਤਾਂ ਜੀਤਾਂ ਕੋਲ ਆਈ ਸੀ ਮੈਂ ਕਿਹਾ ਚੱਲ ਨਾਲੇ ਚਾਚੀ ਦਾ ਪਤਾ ਲਿਆਉਂਗੀ ਕਿਵੇਂ ਚਾਚੀ ਨਹੀਂ ਆ ਨਹੀਂ ਸ਼ਾਮ ਤੋਂ ਅੱਜ ਉੱਤੇ ਬੈਠੀ ਹੈ ਮੂਰੇ ਹੋਰ ਮੈਂ ਪਤਾ ਲੈਣ ਆਈ ਸੀ ਚਾਚੀ ਦਾ ਅੱਛਾ ਚੱਲ ਚਾਚੀ ਫਿਰ ਮੈਂ ਜਾਣੀ ਆ ਚੰਗਾ ਪੁੱਤ ਫੇਰ ਮਾਰ ਲਈ ਗੇੜਾ ਹੱਥ ਨਾ ਨਾ ਕੋਈ ਨਾ ਜਾਂ ਮੈਂ ਉਹਨੂੰ ਕਹਿ ਦੂੰਗੀ ਜੀਤਾ ਨੂੰ ਆਈ ਨੂੰ ਮੇਰੇ ਆਈ ਤੋਂ ਬਾਗੀ ਲਾ ਦੱਸ ਬਹਿ ਜਾਂਦੀ ਮੈਂ ਕੀ ਕਹਿੰਦੀ ਸੀ ਕਿ ਚਾਚੀ ਉਹਨੂੰ ਉਹੀ ਬਾਗੀ ਹੋ ਪੁੱਤ ਅੱਛਾ ਬਾਬਾ ਟਾਈਮ ਦੀ ਆ ਰਹੀ ਹੋ ਨਾ ਆਈ ਤਾਂ ਹੋਣੀ ਸੀ ਬਸ ਫਿਰ ਇਹਦੀ ਸਹੇਲੀ ਨਹੀਂ ਘਰੇ ਮਿਲੀ ਆਈ ਹੁੰਦਾ ਪਰ ਤੈਨੂੰ ਪਤਾ ਹੀ ਸਹੀ ਗੱਲ ਆ ਨਹੀਂ ਚਾਚੀ ਸਹੇਲੀਆਂ ਬਿਨਾ ਕਿੱਥੇ ਜੀ ਲੱਗਦਾ ਕਹਿੰਦੇ ਤਾਂ ਹੁੰਦੇ ਨੇ ਉਹ ਕੀ ਕਹਿੰਦੇ ਹੁੰਦੇ ਨੇ ਕਿਵੇਂ ਜੇ ਹੁੰਦਾ ਉਹ ਪਖਾਣਾ ਚਾਚੀ ਦੱਸ ਦੇਣਾ ਨਹੀਂ ਕਿਹੜਾ ਪੁੱਤ ਔਖੀ ਮਿਲੇ ਸਹੇਲੀ ਕੀ ਕਹਿੰਦੇ ਹੁੰਦੇ ਆ ਮਾਪੇ ਨਿੱਤ ਮਿਲਦੇ ਮੈਨੂੰ ਤਾਂ ਆਪ ਨਹੀਂ ਪਤਾ ਦੀ ਬਸ ਨਹੀਂ ਚਾਚੀ ਅਸੀਂ ਤਾਂ ਭਲਾ ਦੀ ਨਵੇਂ ਜਵਾਨੀਆਂ ਤੇ ਤੂੰ ਤਾਂ ਪੁਰਾਣੇ ਜਵਾਨੇ ਦੀ ਆ ਤੈਨੂੰ ਨਹੀਂ ਪਤਾ ਕਿਹੜਾ ਪੁਰਾਣੇ ਜਾਂ ਤੈਨੂੰ ਪਤਾ ਕਬੀਲਦਾਰੀਆਂ ਮੱਤ ਮਾਰ ਲੈਂਦੀਆਂ ਨੇ ਚਲ ਉਹ ਤਾਂ ਛੱਡ ਨਹੀਂ ਚਾਚੀ ਮੈਨੂੰ ਐ ਦੱਸ ਆ ਤੈਨੂੰ ਕੀ ਹੋ ਗਿਆ ਸੀ ਬਿਮਾਰ ਜੇ ਹੋਈ ਪਈ ਆ ਬਸ ਐ ਬੁਖਾਰ ਬਖੂਰ ਜਿਹਾ ਬਾਹਲਾ ਹੋ ਗਿਆ ਸੀ ਪੁੱਤ ਅੱਛਾ ਕਿ ਸੱਲੇ ਸੁੱਲੇ ਜੇ ਘਟ ਗਏ ਸੀਗੇ ਸਾਰਾ ਕੁਝ ਹੀ ਰਲ ਗਿਆ ਸੀ ਧੀ ਵਿੱਚ ਇਨਫੈਕਸ਼ਨ ਜੀ ਹੋ ਗਈ ਵਿੱਚ ਸੱਲੇ ਘਟ ਗਏ ਬਸ ਐ ਹੁੰਦਾ ਫਿਰ ਤਾਂ ਚਾਚੀ ਡਾਕਟਰਾਂ ਦੇ ਹਿਸਾਬ ਚ ਵੀ ਨਹੀਂ ਆਉਂਦੀਆਂ ਜਦੋਂ ਇੰਨੀਆਂ ਬਿਮਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਨਹੀਂ ਬਸ ਐ ਹੁੰਦਾ ਧੀ ਇਹ ਵੈਸਾ ਹੋਰ ਚਾਚੀ ਔਖਾ ਤਾਂ ਹੋ ਹੀ ਜਾਂਦਾ ਗਾ ਚੱਲ ਕੋਈ ਨਾ ਤੂੰ ਦਵਾਈ ਬੂਟੀ ਲਈ ਚੱਲਿਆ ਕਰ ਆਪੇ ਹੌਲੀ ਹੌਲੀ ਠੀਕ ਹੋ ਜੂ ਨਾ ਖਾਈ ਜਾਂਦੀ ਆ ਪੁੱਤ ਦਵਾਈ ਤਾਂ ਮੈਂ ਹੋਰ ਪਹਿਲਾਂ ਉਹਦੇ ਹਾਂ ਮੈਂ ਤਾਂ ਠੀਕ ਆ ਕੋਈ ਕੰਮ ਆਈ ਸੀ ਕੰਮ ਹੀ ਆਈ ਆ ਨਹੀਂ ਚਾਚੀ ਤੈਨੂੰ ਪਤਾ ਤਾਂ ਹੈ ਮੇਰੇ ਤਾਂ ਦਿਲ ਤੇ ਐਡਾ ਪਿੰਨਾ ਵੱਜ ਜਾਂਦਾ ਜੇ ਮੈਂ ਨਾ ਦੱਸਾਂ ਕਿ ਕੁੜੇ ਹੁਣ ਕੀ ਹੋ ਗਿਆ ਹੁਣ ਕੀ ਹੋਣਾ ਸੀਗਾ ਮੈਂ ਗਈ ਸੀ ਉਹਨਾਂ ਦੇ ਲੱਸੀ ਲੈਣ ਅੱਜ ਸਾਡੇ ਵਾਲਿਆਂ ਦੇ ਆਹੋ ਸੋਡੇ ਵਾਲਿਆਂ ਦੇ ਅੱਛਾ ਤੇ ਲੱਸੀ ਪਾਤੀ ਤੇ ਮੈਂ ਪੁੱਛਿਆ ਮੈਂ ਕਿਹਾ ਸਰਪੰਚ ਕਿੱਥੇ ਆ ਲੈ ਉਹ ਤਾਂ ਹੈ ਹੀ ਨਹੀਂ ਗਾ ਗਿਆ ਹੋਇਆਗਾ ਕਿਤੇ ਉਈ ਜਾਣ ਕੇ ਕਹਿ ਦਿੰਦੀ ਆ ਨਹੀਂ ਕੁੜੇ ਫਿਰ ਗਿਆ ਹੋਊ ਕਿਸੇ ਕੰਮ ਧੰਦੇ ਬਾਰੇ ਫਿਰ ਉਹਨੇ ਕਿਹੜਾ ਕੋਈ ਬੰਬੇ ਜਾਣਾ ਹੁੰਦਾ ਇੱਥੇ ਨੇੜੇ ਤੇੜੇ ਗਿਆ ਹੋਊਗਾ ਕਿਤੇ ਹਾਂ ਲੈ ਤੇ ਉਹਨੇ ਜਵਾਬ ਇਹੋ ਜਿਹਾ ਦਿੱਤਾ ਮੈਨੂੰ ਵੀ ਉਹ ਤਾਂ ਮੁੜ ਕੇ ਆਉਂਦਾ ਹੀ ਨਹੀਂ ਉਧਰੋਂ ਜਿੱਦੇ ਆਉਂਦਾ ਗਾ ਦੱਸਦੀ ਨਹੀਂ ਜਾਣ ਕੇ ਮੈਂ ਆਖਿਆ ਵੀ ਭਾਈ ਸਾਡਾ ਕੰਮ ਕਰਵਾ ਦੇ ਕਿੰਨੇ ਵਾਰੀ ਕਿਹਾ ਈ ਸਾਡੇ ਬਾਰ ਦੇ ਵਿੱਚ ਐਡਾ ਐਨਾ ਪਾਣੀ ਖੜਦਾ ਗਾ ਗੱਲ ਹੀ ਨਹੀਂ ਸੁਣਦਾ ਸਾਡੀ ਅੱਛਾ ਆ ਗੱਲ ਹੈਗੀ ਹੋਰ ਮੈਨੂੰ ਵੀ ਕੀ ਪਤਾ ਵੀ ਤੂੰ ਕਾਹਤੋਂ ਗਰਮ ਹੋਈ ਫਿਰਦੀ ਹੈ ਫੇਰ ਗਰਮ ਕੀ ਫਿਰ ਮੈਂ ਆਖਾਂ ਵੋਟਾਂ ਵੋਟਾਂ ਦਾ ਕਿ ਮੈਂ ਉਹਦੀ ਆ ਗਿਆ ਸਰਪੰਚ ਤੇ ਫੇਰ ਕੀ ਸਰਪੰਚ ਮੈਨੂੰ ਕਹਿੰਦਾ ਤੂੰ ਕਹਿੰਦਾ ਲੱਸੀ ਲੈਣ ਕਹਿੰਦਾ ਕਦੇ ਉਧਰ ਵਗ ਜਾਂਦੀ ਆ ਕਦੇ ਇਧਰ ਆ ਜਾਂਦੀ ਆ ਤੂੰ ਉਂਗਲਾਂ ਲਾਉਂਦੀ ਫਿਰਦੀ ਰਹਿੰਦੀ ਆ ਲੈ ਦੱਸ ਚਾਚੀ ਮੈਂ ਕੀ ਉਂਗਲਾਂ ਲਾਤੀਆਂ ਪਹਿਲਾਂ ਤਾਂ ਮੈਂ ਲਾਈਆਂ ਨਹੀਂ ਸੀ ਹੁਣ ਮੈਂ ਸਮਾਰ ਕੇ ਅੱਗ ਸਿੱਟ ਕੇ ਆਇਆ ਤੂੰ ਅੱਜ ਸਿੱਟ ਵੀ ਆਂਦੀ ਮੈਂ ਨੀ ਕਾਹਨੂੰ ਸ਼ੌਂਕੋ ਐਂ ਨੀ ਕਰੀਦਾ ਪੁੱਤ ਲੜਾਈ ਨੀ ਪਾਈ ਦੀ ਕਿਸੇ ਦੇ ਘਰੇ ਕੋਈ ਨਾ ਨਾ ਲੜਾਈ ਕੀ ਤੂੰ ਪੁੱਛ ਤਾਂ ਸਹੀ ਚਾਚੀ ਕਿਹੜੀ ਗੱਲ ਦੀ ਤੀਲੀ ਲੈ ਕੇ ਆਈ ਆ ਮੈਂ ਬੂ ਕੁੜੇ ਹੈ ਜਾ ਕੀ ਕਰੇ ਤੂੰ ਆਪਾਂ ਤਾਂ ਤੀਲੀ ਲਾ ਕੇ ਡੱਬੂ ਕੁੱਤਾ ਕੰਧ ਤੇ ਪਤਾ ਕਿਹੇ ਜੀ ਲਾ ਕੇ ਆਈ ਅੱਗ
ਮੈਂ ਤਾਂ ਕਹਿਤਾ ਫਿਰ, ਮੈਨੂੰ ਕਹਿੰਦਾ ਤੂੰ ਗੱਲਾਂ ਕਰਦੀਆਂ। ਮੈਂ ਕਿਹਾ ਕੀ ਗੱਲਾਂ ਕਰਦੀਆਂ ਮੈਂ? ਤੂੰ ਦੱਸ ਮਹਾਂ ਸਰਪੰਚ ਸਾਹਿਬ, ਇੱਕ ਦਿਨ ਵੀ ਮਹਾਂ ਤੇਰੀ ਗੱਲ ਕਰੀ ਹੋਵੇ? ਉਦੋਂ ਮਹਾਂ ਤੂੰ ਗੱਡੀ ਦੇ ਵਿੱਚ ਇੱਕ ਸੋਹਣੀ ਜੀ ਬੈਠੀ ਸੀ ਤੇਰੇ ਨਾਲ, ਮਹਾਂ ਮੈਂ ਦੱਸਿਆ ਕਦੇ? ਨਾਲੇ ਦੱਸ ਗਈ, ਨਾਲੇ ਸੱਪ ਮਾਰਦਾ, ਨਾਲੇ ਸੁੱਟਾ ਰਹਿ ਗਿਆ। ਮੈਂ ਤਾਂ ਸੱਚੀਆਂ ਦੇਖਿਆ ਸੀ ਸਾਡੇ ਵਾਲਾ ਇਹੋ ਜਿਹਾ ਕੁਛ ਕਰਦਾ। ਨੀ ਮੈਂ ਕਦੋਂ ਦੇਖਿਆ, ਮੈਂ ਤਾਂ ਫੂਸ ਪਾ ਕੇ ਆਈ ਆ। ਅੱਛਾ, ਉਹ ਕਿਹਾ ਹੀ ਝੂਠਾ ਮੁੱਠਾ ਹੀ, ਨਾਲੇ ਹੈਗਾ ਵੀ ਸੀ, ਉਦੋਂ ਫਿਰਦਾ ਹੀ ਰਹਿੰਦਾ ਹੋਤੀ ਮੇਰਾ, ਹਜੇ ਤਾਂ ਉਹ ਹੈ। ਅੱਛਾ, ਤੇ ਹੋਰ ਚਾਚੀ? ਚੱਲ ਕੋਈ ਨਾ ਭਾਈ, ਤੁਹਾਨੂੰ ਪਤਾ ਸਰਪੰਚਾਂ ਐਵੇਂ ਥੋੜੀ ਹੋ ਜਾਂਦੀਆਂ ਨੇ। ਨਹੀਂ ਚੱਲ ਛੱਡ ਸ਼ਮਕੋ, ਆਪਾਂ ਕੀ ਲੈਣਾ ਇਹੋ ਜਿਹੀਆਂ ਗੱਲਾਂ ਤੋਂ। ਚੱਲ ਕੋਈ ਨਾ ਚਾਚੀ, ਚੰਗਾ ਮੈਂ ਤਾਂ ਜਾਣੀ ਆ, ਮੈਂ ਤਾਂ ਤੈਨੂੰ ਦੱਸਣਾ ਇਸ ਮਾੜੀ ਮੋਟੀ ਖੁਸ਼ੀ ਹੋ ਜੂਗੀ, ਤੇ ਹੁਣ ਤਾਂ ਨਾਲੇ ਸਰਪੰਚ ਆਪਾਂ ਨੇ ਜੀਤਾਂ ਨੂੰ ਦਵਾਉਣੀ ਆ। ਉਹ ਤਾਂ ਹੈ ਪੁੱਤ, ਹਾਂ ਪਰਮਾਤਮਾ ਆਪਣੇ ਨਾਲ ਹੈ। ਕੋਈ ਨਾ, ਮੈਂ ਤਾਂ ਸਾਰੇ ਪਿੰਡ ਦੇ ਵਿੱਚ ਤੈਨੂੰ ਪਤਾ ਮੈਂ ਤਾਂ ਘਰ ਘਰ ਫਿਰਦੀ ਰਹਿੰਦੀ ਆ, ਜਿਹਦੇ ਵੜ ਜਾਂਦੀ ਆ ਮੈਂ ਤਾਂ ਉਹਨਾਂ ਨੂੰ ਕਹਿ ਕੇ ਆਉਂਦੀ ਹੁੰਦੀ ਆ ਵੀ ਭਾਈ ਵੋਟ ਬਸ ਸਾਡੀ ਜੀਤਾਂ ਕੰਨੀ ਹੋਣੀ ਚਾਹੀਦੀ ਆ। ਚੱਲ ਚੰਗੀ ਗੱਲ ਹੈ, ਤੇਰੀ ਸਹੇਲੀ ਹੈ, ਨਾਲੇ ਜਿਹਦੇ ਘਰਾਂ ਵਾਲੇ ਸ਼ਰਾਬਾਂ ਸ਼ਰੂਬਾਂ ਪੀਂਦੇ ਨੇ ਹਨਾ, ਫਿਰ ਔਖਾ ਹੋ ਜਾਂਦਾ ਗਾ, ਤੇ ਐਤਕੀ ਬਸ ਆਪਾਂ ਤਾਂ ਜਨਾਨੀਆਂ ਨੂੰ ਅੱਗੇ ਕਰਨਾ। ਚੰਗਾ ਚੰਗਾ, ਚੱਲ ਠੀਕ ਹੈ ਚਾਚੀ, ਚੰਗਾ ਮੈਂ ਚੱਲਦੀ ਆ। ਨਹੀਂ ਚੱਲ, ਨਾਲੇ ਜੀਤਾਂ ਆ ਗਈ ਜਦੋਂ ਫਿਰ ਮੈਨੂੰ ਦੱਸ ਦੀ। ਪਗ ਜਾ 12 ਤਾਲੀਏ, ਕਿੱਥੇ ਕਲੇਸ਼ ਪਾਉਂਦੀ ਫਿਰਦੀ ਹੈ ਚੰਦਰ। ਮੀਂਹ ਰੱਬ ਨੇ ਨਾ ਮੀਂਹ ਪਾਈ ਜਾਂਦਾ, ਕਣਕਾਂ ਹੀ ਜਾਂਦੀਆਂ। ਚੱਲ ਦੇਖੀ ਜਾਓ, ਜਿਹੜਾ ਕਰਦਾ ਹੁੰਦਾ ਕਹਿੰਦੇ ਪਰਮਾਤਮਾ ਹੀ ਕਰਦਾ ਗਾ। ਡੱਬਾ ਜ਼ਿਆਦਾ ਪਾ ਦੇ ਮੀਂਹ, ਪੂਰਾ ਪੂਰਾ ਆ ਜੇ ਜਾਂਦਾ, ਵਧੀਆ ਬਣਾ ਦੇ ਗੱਲ। ਕੀ ਹਾਲ ਹੈ ਚਰਨਾ ਸਿਆ? ਓ ਠੀਕ ਆ ਮਾਸਟਰ ਸਾਹਿਬ, ਠੀਕ ਹੈ ਤੁਸੀਂ ਦੱਸੋ? ਹਾਂ ਬਹੁਤ ਵਧੀਆ। ਉਹ ਠੀਕ ਹੈ? ਹਾਂ ਵਧੀਆ, ਮੈਨੂੰ ਤਾਂ ਬਾਈ ਚਰਨਾ ਸਿੰਘ ਖੁਸ਼ੀ ਹੋਈ, ਜੀਤਾਂ ਦੀ ਸਰਪੰਚੀ ਵਾਲੀ ਪੂਰੀ ਤਿਆਰੀ ਆ ਫਿਰ? ਹਾਂਜੀ ਪੂਰੀ ਆ, ਬਾਲੀ ਵਧੀਆ ਗੱਲ ਹੈ। ਤਿਆਰੀ ਕਾਹਦੀ ਆ? ਛੋਟੇ ਸਿਰ ਤੇ ਤਿਆਰੀ ਆ, ਛੋਟਾ ਸਹਿਯੋਗ ਚਾਹੀਦਾ। ਮੇਰੀ ਗੱਲ ਸੁਣੋ, ਸਾਡਾ ਤਾਂ ਉਸ ਬੱਚੀ ਨੂੰ ਸਦਾ ਹੀ ਆਸ਼ੀਰਵਾਦ ਹੈ। ਦੇਖੋ ਪੜ੍ਹੀ ਲਿਖੀ ਬੱਚੀ ਹੈ, ਸਰਪੰਚੀ ਜੀ ਕਿਹੜੀ ਹੋਊ ਜੇ ਉਹ ਜਿੱਤੂ, ਠੀਕ ਹੈ, ਤੇ ਪੜ੍ਹਾ ਵੱਲ ਲਿਖਿਆ ਬੱਚਾ ਪਿੰਡ ਦਾ ਵਿਕਾਸ ਵਧੀਆ ਕਰਾਊਗਾ। ਸਹੀ ਗੱਲ ਆ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਮਾਸਟਰ ਲੱਗੇ ਹੋ, ਤੁਹਾਡੀ ਤਾਂ ਸੋਚ ਵਧੀਆ, ਉਹਨੂੰ ਵੀ ਆਏ ਆ ਮੈਂ ਪਿੰਡ ਦਾ ਵਧੀਆ ਕੰਮ ਕਰਾਂ। ਨਹੀਂ ਤੁਸੀਂ ਐਂ ਦੇਖਿਓ, ਮੈਨੂੰ ਯਕੀਨ ਹੈ ਜਿਵੇਂ ਉਹਨੇ ਪਹਿਲਾਂ ਪੜ੍ਹਾਈ 'ਚ ਮੱਲਾਂ ਮਾਰੀਆਂ ਨੇ ਨਾ, ਸਰਪੰਚੀ ਵੀ ਉਹ ਪੱਕੀ ਜਿੱਤੂ, ਤੇ ਨਾਲੇ ਪਿੰਡ ਦਾ ਵਿਕਾਸ। ਦੇਖੋ ਚਰਨ ਸਿਆ, ਲੋਕ ਐਂ ਕਿਹਾ ਕਰਨਗੇ ਵੀ ਆਹ ਦੇਖੋ ਆ ਜਾਂਦੀ ਹੈ ਜੀਤਾਂ ਸਰਪੰਚਣੀ, ਚਰਨ ਸਿੰਘ ਦੀ ਬੇਟੀ ਜਿਹਨੇ ਸਾਰੇ ਪਿੰਡ ਦਾ ਵਿਕਾਸ ਕੀਤਾ। ਤੇ ਨਾਲੇ ਬਾਈ ਇੱਕ ਗੱਲ ਸੱਚ ਹੋਰ ਹੈਗੀ, ਆਪਾਂ ਤਾਂ ਗੱਲਾਂ ਹੋਰ ਹੀ ਪੈ ਗਏ, ਤੈਨੂੰ ਕੋਈ ਪੈਸੇ ਟੱਕੇ ਦੀ ਕੋਈ ਜ਼ਰੂਰਤ ਹੋਵੇ ਮੈਨੂੰ ਯਾਦ ਕਰਨੀ, ਠੀਕ ਹੈ? ਡਾਕਟਰ ਸਾਹਿਬ ਤੁਸੀਂ ਇੰਨਾ ਕਹਿਤਾ ਨਾ, ਮੇਰੇ ਵਾਸਤੇ ਇੰਨੀ ਬਹੁਤਾ। ਹੁਣ ਮੇਰੀ ਗੱਲ ਸੁਣੋ, ਉਹ ਤੁਹਾਡੀ ਬੇਟੀ ਨਹੀਂ, ਉਹ ਸਾਡੀ ਬੇਟੀ ਆ, ਸਾਡੇ ਸਾਰੇ ਪਿੰਡ ਦੀ ਬੇਟੀ ਆ ਉਹ, ਠੀਕ ਹੈ? ਹਾਂ ਪਿੰਡ ਦੀ ਆ, ਕਹਿੰਦੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਬਾਕੀ ਤੇਰਾ ਪਿੰਡ ਦੀ ਖਾਤਰ ਹੀ ਉੱਠਦੀ ਆ ਉਹ, ਵੀ ਆਪਣੇ ਪਿੰਡ ਦਾ ਕੋਈ ਕੰਮ ਹੋ ਜੇ। ਨਾਲੇ ਮੇਰੀ ਗੱਲ ਸੁਣੋ, ਜਦੋਂ ਮੇਰੇ ਕੋਲ ਪੜ੍ਹਦੀ ਸੀ ਨਾ ਉਹ ਕਲਾਸ ਦੇ ਵਿੱਚ, ਉਹਦੀ ਸੋਚ ਵੱਡੀ ਹੋ ਰਹੀ ਹੈ, ਠੀਕ ਹੈ, ਤੇ ਹੁਣ ਜਦੋਂ ਜਿੱਤ ਜੂਗੀ ਉਹ ਵੱਡੇ ਹੀ ਕੰਮ ਕਰੂ। ਬਸ ਇੱਕ ਹੱਥ ਮੰਨ ਕੇ ਬੇਨਤੀ ਹੈ ਵੀ ਉਹਨੂੰ ਇਹ ਸਮਝਾ ਦਿਓ ਵੀ ਕਿਸੇ ਗਲਤ ਚੱਕਰ 'ਚ ਕੋਈ ਗਲਤ ਬੋਲ ਨਾ ਕੱਢੇ ਮੂੰਹ 'ਚੋਂ, ਠੀਕ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਗੱਲ ਹੀ ਨਾ ਕੱਢੇ ਜਿਹੜਾ ਉਹਦੇ 'ਤੇ ਕੋਈ ਅਕਸ਼ ਆ ਜੇ। ਅਤੇ ਅੱਗੇ ਮੇਰੀ ਗੱਲ ਸੁਣੋ, ਉਹ ਤੁਹਾਡੇ ਵਾਲਾ ਭਾਈ ਉਹ ਜਿੱਤਿਆ ਸੀ, ਉਹਨੇ ਕੀ ਕਰਤਾ? ਉਹ ਉਹੀ ਤਾਂ ਗੱਲ ਆ, ਉਦੋਂ ਵੀ ਸਾਨੂੰ ਮੌਕਾ ਮਿਲਦਾ ਸੀ ਮੈਨੂੰ, ਮੈਂ ਕਿਹਾ ਚੱਲ ਕੋਈ ਨਹੀਂ, ਮੇਰੇ ਵਾਲੇ ਭਾਈ ਨੂੰ ਖੜਾ ਹੋ ਜਾਂਦੇ, ਪਤਾ ਕੀ ਬੋਲਦਾ ਗਾ, ਕਹਿੰਦਾ ਮੈਂ ਆਪਦੇ ਪੈਸੇ ਪੂਰੇ ਕਰਨੇ, ਉਹ ਤਾਂ ਆਪਦੇ ਪੈਸੇ ਪੂਸੇ ਪੂਰੇ ਕਰੀ ਜਾਂਦਾ, ਪਿੰਡ ਦਾ ਕੰਮ ਹੋਵੇ ਜੇ ਨਾ ਹੋਵੇ ਉਹਨੂੰ ਕੋਈ ਮਸਲਾ ਨਹੀਂ। ਬਸ ਫਿਰ ਗੱਲ ਤਾਂ ਉਹੀ ਹੈ ਨਾ, ਉਹਨੇ ਤਾਂ ਜਿਹੜਾ ਆਪਦਾ ਪੈਸਾ ਲਾਇਆ ਸੀ, ਆਹ ਦਾਰੂ ਦੱਪੇ ਲੋਕਾਂ ਨੂੰ ਪਏ ਸੀ, ਹੈ ਉਹੀ ਕੱਢੇ ਉਹਨੇ ਤਾਂ। ਚਲੋ ਕੋਈ ਗੱਲ ਨਹੀਂ, ਐਤ ਕਿਹੜਾ ਟਿਕਦਾ, ਆਪਦੇ ਉਹਨੇ ਪੂਰਾ ਜ਼ੋਰ ਲਾਈ ਜਾਂਦਾ ਗਾ, ਇਹਨੂੰ ਸਾਨੂੰ 2 ਵਾਰੀ 4 ਵਾਰੀ ਧਮਕੀਆਂ ਦੇ ਗਿਆ, ਕਹਿੰਦਾ ਇਹਨੂੰ ਬਹਾ ਦਿਓ, ਅਸੀਂ ਮੈਂ ਇਹ ਮੇਰੇ ਦੇਖ ਮੇਰੇ ਤੈਨੂੰ ਜੀਤਾਂ ਦਾ ਪਤੀ ਆ, ਇਹ ਕਹਿੰਦੀ ਹੁਣ ਮੈਂ ਜੇ ਖੜੀ ਹੋ ਗਈ ਕਦੇ ਖੜੀ ਹੋ ਗਈ, ਮੈਂ ਬਹਿੰਦੀ ਬੁੰਦੀ ਨਹੀਂ। ਮੇਰੀ ਗੱਲ ਸੁਣੋ, ਅਸੀਂ ਪਿੰਡ 'ਚ ਨਾ ਤੁਰਦੇ ਫਿਰਦੇ ਹਾਂ, ਠੀਕ ਹੈ,
ਸਾਡੇ ਕੋਲ ਹਰ ਇੱਕ ਗੱਲ ਪਹੁੰਚਦੀ ਹੈ। ਪਿੰਡ 'ਚ ਆਵਾਜ਼ ਹੀ ਇੱਕ ਹੈ ਵੀ ਆਹ ਪੜ੍ਹੇ ਲਿਖੇ ਬੱਚੀ ਨੂੰ ਬਣਾਓ ਸਰਪੰਚ। ਠੀਕ ਹੈ ਠੀਕ ਹੈ ਠੀਕ ਹੈ, ਇਹੀ ਆਵਾਜ਼ ਹੈ ਪਿੰਡ 'ਚ। ਬਸ ਮੈਂ ਤਾਂ ਹੁਣ ਇਹੀ ਕਹਿਣਾ ਵੀ ਪਰਮਾਤਮਾ ਉਹ ਸ਼ੁਭਦਨ ਲਿਆਵੇ। ਬਸ ਆਊਗਾ ਜਦੋਂ ਮਾਸਟਰ ਸਾਹਿਬ, ਤੁਹਾਨੂੰ ਪਤਾ ਹੀ ਆ। ਬਾਕੀ ਜੇ ਪਰਮਾਤਮਾ ਹੀ ਆਪਣੀ ਮਾਤਾ ਉਹ ਨੀਲੀ ਛਤਰੀ ਵਾਲਾ ਨਾਲ ਹੋਣਾ ਚਾਹੀਦਾ, ਕੋਈ ਕਿਸੇ ਦਾ ਕੁਛ ਨਹੀਂ ਵਿਗਾੜਾ। ਸਾਰੀਆਂ ਗੱਲਾਂ ਛੱਡੋ, ਉੱਠ ਚਾਹ ਪੀ ਜੀ। ਉਹ ਬਾਜੀ ਮਿਹਰਬਾਨੀ, ਚਲੋ ਹੁਣ ਮੈਨੂੰ ਤੁਸੀਂ ਜਾਣ ਦਿਓ। ਠੀਕ ਹੈ ਜੀ, ਧੰਨਵਾਦ। ਹੋਰ ਜੀ, ਓਕੇ ਜੀ। ਜਿੱਤ ਜੀ ਵਿਚਾਰੀ, ਬਹੁਤ ਵਧੀਆ ਗੱਲ ਹੈ, ਪਿੰਡ ਦਾ ਵਿਕਾਸ ਹੋ ਜੂ। ਤੈਨੂੰ ਲੱਗਦਾ ਜਿਵੇਂ ਤੇਰੇ ਤੋਂ ਬਿਨਾਂ ਕਿਸੇ ਨਾਲ ਹੋਰ ਵਿਆਹ ਕਰਾ ਲੂੰ? ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ। ਪਤਾ ਮੈਨੂੰ ਤੇ ਫੇਰ ਚਲੋ ਆ ਜਾਓ, ਫਿਰ ਆਪਾਂ ਤਾਏ ਨੂੰ ਦੱਸ ਦਿੰਦੇ ਹਾਂ। ਬਸ ਆਹੀ ਗੱਲ ਕਰਨੀ। ਚਲੋ ਬਾਪੂ ਵੀ ਕਈ ਦਿਨ ਹੋ ਗਏ ਨੇ। ਲਾਡੀ ਨੂੰ ਆਇਆ ਹੋਵੇ ਫੋਨ ਫਾਨ ਕੋਈ, ਉਸਦਾ ਲਾਡੀ ਨੂੰ ਜਾ ਕੇ ਜਾ। ਹਾਂਜੀ ਹਾਂਜੀ ਐਮ ਐਲ ਏ ਸਾਹਿਬ, ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ ਜੀ, ਮੈਂ ਇੱਥੇ ਹਾਂ, ਆਪ ਹੀ ਸਾਂਭ ਲੂੰ ਸਾਰਾ ਕੁਛ। ਹਾਂਜੀ ਹਾਂਜੀ, ਉਹ ਤਾਂ ਘਰ ਹੀ ਹੁੰਦਾ ਗਾ। ਨਹੀਂ ਮਾਸੜ ਹਜੇ ਆਇਆ ਨਹੀਂ ਗਾ ਜੀ, ਉਹ ਤਾਂ ਆਏ ਨਹੀਂ ਸੀਗੇ। ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ ਜੀ, ਸਾਰਾ ਕੁਛ ਮੈਂ ਆਪੀ। ਹਾਂ ਜੀ ਉੱਧਰ ਜਾ ਆਇਆ ਸੀਗਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਠੀਕ ਹੈ ਜੀ। ਲਾਡੀ? ਹਾਂ ਬਈ। ਕਿਹਦਾ ਫੋਨ ਸੀ? ਐਮ ਐਲ ਏ ਸਾਹਿਬ ਦਾ ਸੀ। ਅੱਛਾ, ਕੀ ਕਹਿੰਦਾ ਜੀ ਬਾਪੂ? ਕਹਿੰਦੇ ਜੀ ਤੇਰੇ ਬਾਰੇ ਵੀ ਘਰੇ ਹੁੰਦਾ ਕਿ ਨਾ, ਵੀ ਗਲੀਆਂ 'ਚ ਫਿਰਦਾ ਰਹਿੰਦਾ। ਮੈਂ ਨਾ ਨਾ ਜੀ ਘਰੇ ਹੁੰਦਾ। ਹੋਰ ਕਿਤੇ ਗਾਲਾਂ ਪਵਾ ਦੇ? ਨਾ ਨਾ, ਗਾਲਾਂ ਕਿਉਂ ਪਵਾਉਂਗਾ। ਕੀ ਕਹਿੰਦਾ ਬਾਪੂ, ਕਦੋਂ ਆਉਣਾ ਫਿਰ? ਹਜੇ ਤਾਂ ਲੱਗਣਗੇ ਦਿਨ ਕਈ, ਅਤੇ ਉਹ ਤਾਂ ਮਾਸੜ ਬਾਰੇ ਪੁੱਛਦੇ ਵੀ ਮਾਸੜ ਆ ਗਿਆ ਕਿ ਨਾ। ਮੈਂ ਕੋਈ ਨਾ ਜੀ, ਤੁਸੀਂ ਟੈਨਸ਼ਨ ਨਾ ਲਓ, ਮੈਂ ਹੈਗਾ ਆ। ਅੱਛਾ, ਠੀਕ ਆ। ਮੈਂ ਇੱਥੇ ਆਉਣ, ਮੈਨੂੰ ਦੱਸ ਦਿਆ ਕਰ ਜੇ ਕੋਈ ਕੰਮ ਜਾਣਾ ਕਰਨਾ ਹੁੰਦਾ ਕਿਤੇ। ਠੀਕ ਆ। ਨਾ ਨਾ, ਉਹ ਤਾਂ ਕੋਈ ਨਾ, ਮੈਂ ਯਾਰ ਤੇਰੇ ਨਾਲ ਗੱਲ ਕਰਨੀ ਯਾਰ। ਹਾਂ ਹਾਂ, ਦੱਸ। ਜੀਤਾਂ ਬਾਰੇ ਪੁੱਛਦਾ ਸੀ ਯਾਰ ਮੈਂ। ਕੀ ਗੱਲ ਕਰਨੀ ਆ ਤੂੰ? ਕਹਿੰਦਾ ਬਾਪੂ ਨੇ ਯਾਰ ਮਾੜਾ ਮੋਟਾ ਯਾਰ। ਓਏ ਨਾ ਓਏ ਭਰਾਵਾ, ਪਹਿਲਾਂ ਮੇਰੇ ਕੋਲੇ ਨੰਬਰਦਾਰ ਆਇਆ ਸੀਗਾ, ਉਹ ਮਿੰਨਤਾਂ ਕਰਕੇ ਵਗ ਗਿਆ ਇਹ ਕੰਮ ਨਾ ਮੈਨੂੰ ਕਹਿ, ਮੇਰੇ ਤੋਂ ਨਹੀਂ ਹੋਣਾ ਭਰਾਵਾ। ਓਏ ਯਾਰ ਲਾਡੀ, ਤੂੰ ਆਏ ਕਹਿ ਯਾਰ, ਮੈਂ ਤੇਰੇ ਤੋਂ ਆਸ ਲੈ ਕੇ ਆਇਆ ਸੀਗਾ। ਓਏ ਨਹੀਂ ਯਾਰ, ਨਾਲੇ ਬਾਪੂ ਤੇਰੀ ਗੱਲ ਮੰਨ ਲੂ। ਉਹ ਗੱਲ ਤਾਂ ਮੰਨ ਲੂ ਭਰਾਵਾ, ਮੇਰੀ ਨੌਕਰੀ ਦਾ ਸਵਾਲ ਆ, ਤੂੰ ਮੈਨੂੰ ਹਟਾਉਣ ਨੂੰ ਫਿਰਦਾ? ਉਹ ਨਹੀਂ ਹਟਾਉਂਦਾ ਯਾਰ, ਜਦੋਂ ਮੈਂ ਬੈਠਾ ਯਾਰ। ਓ ਯਾਰ ਮੈਂ ਹੁਣ ਤੁਹਾਡੇ ਘਰ ਦੇ ਮਾਮਲਿਆਂ 'ਚ ਬਈ ਯਾਰ ਕਿਵੇਂ ਦਖਲ ਅੰਦਾਜ਼ੀ ਦੇਵਾਂ, ਮੈਨੂੰ ਐਂ ਦੱਸ। ਚੰਗਾ, ਸਲਾਹ ਤਾਂ ਦੇ ਦੇ ਫਿਰ ਕੋਈ। ਸਲਾਹ ਤਾਂ ਮੈਂ ਇਹੀ ਦੇ ਸਕਦਾ, ਤੂੰ ਮੈਨੂੰ ਐਂ ਦੱਸ ਵੀ ਮੈਂ ਕਰਨਾ ਕੀ ਆ ਉਹਨੂੰ, ਜੀਤਾਂ ਨੂੰ ਮੈਂ ਮਿਲ ਸਕਦਾ, ਮੈਂ ਉਹਦੇ ਨਾਲ ਗੱਲਬਾਤ ਕਰ ਸਕਦਾ, ਹੋਰ ਤਾਂ ਕੋਈ ਹੱਲ ਨਹੀਂ। ਹਾਂ ਤੂੰ ਆਹੀ ਕਰਦੇ। ਹਾਂ ਮੈਂ ਤੇਰੇ ਨਾਲ, ਮੈਨੂੰ ਲੈ ਚੱਲੀ ਭਾਈ ਛੁੱਟੀ ਇੱਕ ਦਿਨ, ਹੁਣ ਤਾਂ ਚੱਲ ਵੈਸੇ ਛੁੱਟੀ ਹੀ ਨੇ, ਘਰੀ ਹੁੰਦਾ ਮੈਂ, ਅਤੇ ਹੁਣ ਐਮ ਐਲ ਏ ਸਾਹਿਬ ਨੇ ਬਸ ਸੰਭਾਈ ਹੋਈ ਜਿਹੜੀ ਡਿਊਟੀ ਉਹ ਕਰੀ ਜਾਂਦੇ ਆ। ਤੂੰ ਮੈਨੂੰ ਦੱਸ ਦੀ ਜੇ ਉਹਦੇ ਕੋਲ ਜਾਣਾ ਹੋਇਆ ਆਪਾਂ ਜਾਇਆ ਮੈਂ। ਚਲ ਆਪਾਂ ਕੱਲ੍ਹ ਨੂੰ ਦੇਖਦੇ ਹਾਂ ਫਿਰ। ਹੋਰ ਚਾਹ ਤਾਂ ਪੀਲੀ ਸੀ? ਹਾਂ ਚਾਹ ਤਾਂ ਪੀਲੀ ਸੀ। ਚੱਲ ਠੀਕ ਆ, ਚੰਗਾ ਠੀਕ ਆ।